ਟਕਰਾਲ ਐਸੋਸੀਏਟਸ ਤੋਂ ਸਾਡੇ ਨਾਲ ਹਾਜ਼ਰ ਨੇ ਜੀ ਐਡਵੋਕੇਟ ਕਰਨ ਐਸ ਟਕਰਾਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਆਪਾਂ ਪਿਛਲੇ ਹਫਤੇ ਗੱਲ ਕੀਤੀ ਸੀ ਪ੍ਰਾਪਰਟੀ ਦੇ ਨਾਲ ਰਿਲੇਟਡ ਜਿਹੜੇ ਮੈਟਰ ਸੀਗੇ ਪ੍ਰਾਪਰਟੀ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਸੀਗੇ ਸਾਡੇ ਕੋਲ ਉਸ ਬਾਰੇ ਆਪਾਂ ਗੱਲ ਕੀਤੀ ਸੀ ਇੱਕ ਹੋਰ ਮਾਮਲਾ ਜਿਹੜਾ ਹੈ ਬਹੁਤ ਜ਼ਿਆਦਾ ਚੱਲੰਤ ਹੈ ਐਨਆਰਆਈਸ ਦੀ ਜੇਕਰ ਗੱਲ ਕਰੀਏ ਜਾਂ ਫਿਰ ਫੋਰਨ ਕੰਟਰੀਜ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਨਿੱਜੀ ਜ਼ਿੰਦਗੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਨਿੱਜੀ ਜ਼ਿੰਦਗੀ ਦੇ ਵਿੱਚ ਆਫਟਰ ਮੈਰਿਜ ਜਦੋਂ ਸਰਕਮਸਟਾਂਸਿਸ ਜਿਹੜੇ ਨੇ ਉਹ ਵਧੀਆ ਨਹੀਂ ਚੱਲਦੇ ਜਾਂ ਫਿਰ ਇਕੁਅਲੀ ਨਹੀਂ ਮੈਚ ਕਰ ਪਾਉਂਦੇ ਤਾਂ ਫਿਰ ਜਿਹੜੀ ਸਿਚੁਏਸ਼ਨ ਹੈ ਉਹ ਡਾਇਵੋਰਸ ਦੀ ਖੜੀ ਹੋ ਜਾਂਦੀ ਹੈ ਫਸਟ ਆਫ ਆਲ ਤਾਂ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਕੀ ਡਾਇਵੋਰਸ ਦਾ ਕੋਈ ਸਬਸਟੀਟਿਊਟ ਹੈ ਡਾਇਵੋਰਸ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਜੀ ਜਾਂ ਤਾਂ ਮੈਰਿਜ ਚੱਲੇਗੀ ਜਾਂ ਮੈਰਿਜ ਨਹੀਂ ਚੱਲੇਗੀ ਅਸੀਂ ਤੇ ਇਹੀ ਐਡਵਾਈਸ ਕਰਦੇ ਹਾਂ ਕਿ ਜੇ ਦੋ ਪਾਰਟੀਆਂ ਦੀ ਆਪਸ ਵਿੱਚ ਨਹੀਂ ਬਣ ਰਹੀ ਤੇ ਡਾਇਵੋਰਸ ਇਜ਼ ਦ ਬੈਸਟ ਪਾਰਟ ਤਾਂ ਕਿ ਪਾਰਟੀਆਂ ਦੋਨੋਂ ਆਪਣੀ ਆਪਣੀ ਲਾਈਫ ਵਿੱਚ ਮੂਵ ਔਨ ਕਰ ਪਾਣ ਜੀ ਜਿਹੜਾ ਇੱਕ ਇਨਸਾਨ ਇੱਕ ਸਪਾਊਸ ਆਲਰੇਡੀ ਐਨਆਰਆਈ ਹੈ ਫੋਰਨ ਦੇ ਵਿੱਚ ਰਹਿ ਰਿਹਾ ਔਰ ਅਨਦਰ ਸਪਾਊਸ ਜਿਹੜਾ ਉਹ ਇਥੇ ਇੰਡੀਆ ਦੇ ਵਿੱਚ ਆ ਇਸ ਕੇਸ ਦੇ ਵਿੱਚ ਡਾਇਵੋਰਸ ਪੋਸੀਬਲ ਕਿਵੇਂ ਆ ਪੋਸੀਬਲ ਹੈ ਜੀ ਜਿਹੜੀ ਚੀਜ਼ ਇੰਪੋਰਟੈਂਟ ਹੈ ਉਹਦੇ ਵਿੱਚ ਇਹ ਹੈਗਾ ਕਿ ਬਈ ਦੋਨੋਂ ਪਾਰਟੀਆਂ ਦੀ ਮੈਰਿਜ ਜਿਹੜੀ ਹੈ ਇੰਡੀਆ ਵਿੱਚ ਹੋਈ ਹੈ ਜੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਬਈ ਦੋਨੋਂ ਪਾਰਟੀਆਂ ਇੰਡੀਆ ਵਿੱਚ ਮੈਰਿਜ ਉਹਨਾਂ ਦੀ ਸੋਲਮਨਾਈਜ਼ ਹੁੰਦੀ ਹੈ ਉਸ ਤੋਂ ਬਾਅਦ ਇੱਕ ਪਾਰਟੀ ਬਾਹਰ ਇੰਡੀਆ ਤੋਂ ਜਿਹੜੀ ਉਹਨਾਂ ਦੀ ਹੈਬਿਚੁਅਲੀ ਰੈਜ਼ੀਡੈਂਟ ਪਲੇਸ ਹੈਗੀ ਉੱਥੇ ਉਸ ਕੰਟਰੀ ਵਿੱਚ ਮੂਵ ਕਰ ਲੈਂਦੇ ਨੇ ਜੀ ਤੇ ਜੇ ਅੱਗੇ ਜਾ ਕੇ ਕਦੇ ਪਤਾ ਚੱਲਦਾ ਹੈ ਕਿ ਬਈ ਨਹੀਂ ਮੈਰਿਜ ਚੱਲ ਰਹੀ ਹੈ ਵਰਕਆਊਟ ਨਹੀਂ ਕਰ ਪਾ ਰਹੇ ਕਈ ਵਾਰੀ ਵੀਜ਼ਾ ਪ੍ਰੋਬਲਮਸ ਕਰਕੇ ਆਪਸ ਦੀ ਅੰਡਰਸਟੈਂਡਿੰਗ ਕਰਕੇ ਨਹੀਂ ਗੱਲ ਬਣ ਪਾ ਰਹੀ ਤੇ ਐਨਆਰਆਈ ਜੇ ਇਫ ਅ ਪਾਰਟੀ ਇੱਕ ਪਾਰਟੀ ਜੇ ਐਨਆਰਆਈ ਵੀ ਹੈਗੀ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਉਹਨੂੰ ਇੰਡੀਆ ਵਿੱਚ ਆਉਣ ਦੀ ਲੋੜ ਵੀ ਨਹੀਂ ਅੱਜ ਕੱਲ੍ਹ ਅੱਜ ਕੱਲ੍ਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਕ ਪਟੀਸ਼ਨ ਪਹਿਲੇ ਤੇ ਫਾਈਲ ਹੋ ਸਕਦੀ ਹੈ ਲਾਇਰ ਦੇ ਥਰੂ ਸਕੈਨਡ ਕਾਪੀ ਤੇ ਉਸ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਦੇ ਥਰੂ ਮੀਡੀਏਸ਼ਨ ਪ੍ਰੋਸੈਸ ਪਾਰਟਿਸਿਪੇਟ ਕਰਕੇ ਉੱਥੇ ਹੀ ਬੈਠੇ ਬੈਠੇ ਬਾਹਰ ਇੰਡੀਆ ਤੋਂ ਬਾਹਰ ਬੈਠੇ ਬੈਠੇ ਪਾਰਟਿਸਿਪੇਟ ਕਰਕੇ ਉਹਨੂੰ ਕੰਕਲੂਡ ਵੀ ਕੀਤਾ ਜਾ ਸਕਦਾ ਹੈ ਜੀ 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 ਕਿਹੜੇ ਗਰਾਊਂਡਸ ਨੇ ਜਿਨ੍ਹਾਂ ਤੇ ਡਾਇਵੋਰਸ ਜਿਹੜਾ ਹੈ ਉਹ ਲਿਆ ਜਾ ਸਕਦਾ ਹੈ ਦੇਖੋ ਗਰਾਊਂਡਸ ਵੈਸੇ ਬੇਸਿਕਲੀ ਸੈਕਸ਼ਨ 13 ਜਿਹੜਾ ਹੈਗਾ ਹਿੰਦੂ ਮੈਰਿਜ ਐਕਟ ਦਾ ਉਹ ਜਿਹੜਾ ਲਾਅ ਹੈ ਬੇਸਿਕਲੀ ਐਪਲੀਕੇਬਲ ਹੁੰਦਾ ਮੈਰਿਜ ਨੂੰ ਡਿਸੋਲਵ ਕਰਨ ਲਈ ਤੇ ਐਨਆਰਆਈਸ ਲਈ ਤੇ ਕੋਈ ਜਿਹੜੇ ਇੰਡੀਅਨ ਰੈਜ਼ੀਡੈਂਟਸ ਹੈਗੇ ਉਹਨਾਂ ਲਈ ਕੋਈ ਲਾਅ ਡਿਫਰੈਂਟ ਨਹੀਂ ਹੈਗਾ ਸੈਕਸ਼ਨ 13 ਹੀ ਐਪਲੀਕੇਬਲ ਹੁੰਦਾ ਜ਼ਿਆਦਾਤਰ ਤੇ ਗਰਾਊਂਡਸ ਜਿਹੜੇ ਬੇਸਿਕ ਗਰਾਊਂਡਸ ਹੈਗੇ ਡਿਟੇਲ ਵਿੱਚ ਮੈਂ ਨਹੀਂ ਜਾਊਂਗਾ ਪਰ ਐਡਲਟਰੀ ਹੈਗੀ ਡਿਜ਼ਰਸ਼ਨ ਹੈਗੀ ਚੇਂਜ ਆਫ ਰਿਲੀਜਨ ਹੈਗਾ ਰਿਨੰਸੀਏਸ਼ਨ ਹੈਗੀ ਤੇ ਇਹਦਾ 6-7 ਗਰਾਊਂਡਸ ਹੈਗੇ ਜਿੰਦੇ ਦੇ ਅੰਡਰ ਕ੍ਰੂਐਲਿਟੀ ਜਿਹੜਾ ਬੇਸਿਕਲੀ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ ਉਹ ਗਰਾਊਂਡ ਹੈਗਾ ਤੇ ਡਿਜ਼ਰਸ਼ਨ ਉਹਨ ਗਰਾਊਂਡਸ ਨੂੰ ਲੈ ਕੇ ਡਿਵੋਰਸ ਨੂੰ ਅਪਲਾਈ ਕੀਤਾ ਜਾ ਸਕਦਾ ਕੋਰਟ ਵਿੱਚ ਤੇ ਡਿਗਰੀ ਲਈ ਜਾ ਸਕਦੀ ਹੈ ਜੀ 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 ਅੱਛਾ ਇਹਦੇ ਵਿੱਚ ਸਰ ਇੱਕ ਹੋਰ ਜਿਹੜਾ ਮਾਮਲਾ ਹੁੰਦਾ ਬਹੁਤ ਸੈਂਸਿਟਿਵ ਹੁੰਦਾ ਸਮ ਟਾਈਮਸ ਐਵੇਂ ਹੁੰਦਾ ਕਿ ਡਾਇਵੋਰਸ ਲੈਣ ਦੇ ਲਈ ਕਿਸੇ ਪਾਰਟੀ ਵੱਲੋਂ ਮਤਲਬ ਜਨਰਲੀ ਫੀਮੇਲਸ ਦੇ ਨਾਲ ਇਸ ਤਰ੍ਹਾਂ ਹੁੰਦਾ ਕਿ ਡਾਊਰੀ ਦਾ ਜਿਹੜਾ ਕੇਸ ਹੈ ਉਹ ਪਾ ਦਿੱਤਾ ਜਾਂਦਾ ਜਦਕਿ ਜਿਹੜੀ ਫੈਮਿਲੀ ਦੂਸਰੀ ਹੈ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਕੋਈ ਸਰਕਮਸਟਾਂਸਿਸ ਨਹੀਂ ਹੁੰਦੇ ਕੀ ਇਸ ਚੀਜ਼ ਦਾ ਕੋਈ ਢੁਕਵਾਂ ਜਵਾਬ ਹੈ ਕਿਉਂਕਿ ਕਾਨੂੰਨ ਜਦੋਂ ਡਾਊਰੀ ਦੀ ਗੱਲ ਆਉਂਦੀ ਹੈ ਤਾਂ ਫਿਰ ਜਿਹੜਾ ਦੂਸਰੀ ਪਾਰਟੀ ਹੈ ਉਹਦੀ ਸੁਣਵਾਈ ਜਿਹੜੀ ਹੈ ਉਸ ਮਾਮਲੇ 'ਚ ਘੱਟ ਕੀਤੀ ਜਾਂਦੀ ਹੈ ਦੇਖੋ ਜੀ ਵੈਸੇ ਇਹਦਾ ਦਿਸ ਇਜ਼ ਬੇਸਿਕਲੀ ਇੱਕ ਲੂਪ ਹੋਲ ਹੈਗਾ ਲਾਅ ਵਿੱਚ ਜਿਹੜੀ ਕਿ ਇੱਕ ਫੀਮੇਲ ਮਿਸਯੂਜ਼ ਕਰ ਲੈਂਦੀ ਹੈ ਬਟ ਉਹਦੇ ਲਈ ਵੀ ਅਸੀਂ ਇੱਕ ਸਾਡੀ ਫਰਮ ਇੱਕ ਪ੍ਰੀਕਾਸ਼ਨਰੀ ਨੋਟਿਸਸ ਭੇਜਦੀ ਹੈ ਜਿਹਦੇ ਨਾਲ ਕਿ ਇੱਕ ਮੇਲ ਸਾਈਡ ਆਫ ਦੀ ਫੈਮਿਲੀ ਜਿਹੜੀ ਹਸਬੈਂਡ ਦੀ ਸਾਈਡ ਹੈ ਉਹਨੂੰ ਸੇਫਗਾਰਡ ਕੀਤਾ ਜਾ ਸਕਦਾ ਹੈ ਐਡਵਾਂਸ ਵਿੱਚ ਹੀ ਕਿ ਬਈ ਕੋਈ ਜੇ ਕੋਈ ਫ੍ਰਿਵਲਸ ਐਲੀਗੇਸ਼ਨ ਜਾਂ ਕੋਈ ਝੂਠਾ ਮੁਕਦਮਾ ਫਾਈਲ ਕੀਤਾ ਜਾਂਦਾ ਉਹਦੇ ਖਿਲਾਫ ਤੇ ਅਰੈਸਟ ਨੂੰ ਅਵੋਇਡ ਕੀਤਾ ਜਾਏ ਤੇ ਵੈਸੇ ਵੀ ਸੁਪਰੀਮ ਕੋਰਟ ਦੀ ਹੁਣ ਨਵੀਂ ਗਾਈਡਲਾਈਨਸ ਆ ਗਈਆਂ ਨੇ ਜਿੰਦੇ ਵਿੱਚ ਕਿ ਵੀ ਇਮੀਡੀਏਟ ਅਰੈਸਟ ਨੂੰ ਅਵੋਇਡ ਕੀਤਾ ਜਾਂਦਾ ਪੁਲਿਸ ਵੀ ਇਮੀਡੀਏਟ ਐਕਸ਼ਨ ਲੈਂਦੀ ਅਨਲੈਸ ਐਂਡ ਅੰਟਿਲ ਪ੍ਰੋਪਰ ਇੱਕ ਇਨਵੈਸਟੀਗੇਸ਼ਨ ਨਹੀਂ ਹੁੰਦੀ ਤੇ 498A ਜਾਂ ਡਾਊਰੀ ਦੇ ਜਿਹੜੇ ਵੀ ਕੇਸਿਸ ਫਾਈਲ ਹੁੰਦੇ ਨੇ ਪਹਿਲੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਵਿਮਨ ਸੈੱਲ ਬਲਕਿ ਮੀਡੀਏਸ਼ਨ ਵੀ ਕਰਾ ਕੇ ਫਿਰ ਇੱਕ ਅਰੈਸਟ ਦੀ ਸਟੇਜ ਆਉਂਦੀ ਜਿਹੜੀ ਕਿ ਬੜੀ ਇੱਕ ਲੇਟਰ ਸਟੇਜ ਹੈਗੀ ਤੇ ਅਵੋਇਡ ਕੀਤੀ ਜਾ ਸਕਦੀ ਉਹਨੂੰ ਅੱਛੀ ਤਰ੍ਹਾਂ ਟੈਕਲ ਕੀਤਾ ਜਾ ਸਕਦਾ ਜੀ ਇਹਦੇ ਨਾਲ ਜੁੜੀ ਹੋਈ ਇੱਕ ਪ੍ਰੋਬਲਮ ਹੋਰ ਇਹ ਹੈਗੀ ਹੈ ਕਿ ਕਈ ਵਾਰੀ ਐ ਹੁੰਦਾ ਹੈ ਕਿ ਜਿਹੜੀ ਐਨਆਰਆਈ ਪਾਰਟੀ ਇੱਥੇ ਮੈਰਿਜ ਕਰ ਰਹੀ ਹੈ ਜਾਂ ਫਿਰ ਇਥੋਂ ਦਾ ਜਿਹੜਾ ਵੀ ਸਪਾਊਸ ਹੈਗਾ ਜੇ ਉਹਨੇ ਫੋਰਨ ਦੇ ਵਿੱਚ ਕਿਸੇ ਦੇ ਨਾਲ ਮੈਰਿਜ ਕਰਵਾਉਣੀ ਆ ਤਾਂ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਆਲਰੇਡੀ ਜਿਹੜਾ ਪਰਸਨ ਆ ਉਹ ਮੈਰਿਡ ਹੈ ਜਿਹੜਾ ਬਾਅਦ ਦੇ ਵਿੱਚ ਪਤਾ ਲੱਗਦਾ ਕੁਝ ਸਾਲਾਂ ਬਾਅਦ ਪਤਾ ਲੱਗਦਾ ਔਰ ਕਈ ਵਾਰੀ ਐਵੇਂ ਹੋ ਜਾਂਦਾ ਕਿ ਫਸਟ ਮੈਰਿਜ ਜਿਹੜੀ ਉਹ ਡਿਸੋਲਵ ਹੋ ਚੁੱਕੀ ਹੁੰਦੀ ਹੈ ਸੈਕਿੰਡ ਮੈਰਿਜ ਜਿਹੜੀ ਹੈ ਉਹ ਕਰਵਾ ਲਈ ਜਾਂਦੀ ਹੈ ਇਸ ਕੇਸ ਦੇ ਵਿੱਚ ਕੀ ਲੀਗਲ ਗਰਾਊਂਡਸ ਨੇ ਮੈਰਿਜ ਦੇ ਸਰਵਾਈਵਲ ਦੇ ਮੈਂ ਦੇਖੋ ਜੀ ਜੇ ਐਦਾਂ ਦਾ ਕੋਈ ਫੈਕਟ ਜੇ ਕੋਈ ਇੱਕ ਪਾਰਟੀ ਹਸਬੈਂਡ ਜਾਂ ਵਾਈਫ ਕੋਈ ਵੀ ਹਾਈਡ ਕਰਦਾ ਹੈ ਆਪਣੇ ਸਪਾਊਸ ਤੋਂ ਕਿ ਵੀ ਮੈਂ ਪਹਿਲੇ ਮੈਰਿਡ ਸੀਗਾ ਤੇ ਮੈਂ ਚਾਹੇ ਬਾਅਦ ਵਿੱਚ ਡਿਵੋਰਸ ਲੈ ਲਿਆ ਫਸਟ ਮੈਰਿਜ ਖਤਮ ਡਿਸੋਲਵ ਹੋ ਚੁੱਕੀ ਹੈ ਤੇ ਇਹ ਇਨ ਇਟਸੈਲਫ ਇੱਕ ਚੀਟਿੰਗ ਹੋ ਜਾਂਦੀ ਹੈ ਤੇ ਇੱਕ ਬ੍ਰੀਚ ਆਫ ਟਰਸਟ ਹੈਗਾ ਕਿ ਵੀ ਇਹਨਾਂ ਰੈਲੇਵੈਂਟ ਫੈਕਟ ਨੂੰ ਤੁਸੀਂ ਹਾਈਡ ਕੀਤਾ ਤੇ ਇਸ ਗਰਾਊਂਡ ਦੇ ਬੇਸਿਸ ਤੇ ਡਿਵੋਰਸ ਲਿੱਤਾ ਜਾ ਸਕਦਾ ਤੇ ਮੈਰਿਜ ਨੂੰ ਵੀ ਨਲ ਐਂਡ ਵੋਇਡ ਡਿਕਲੇਅਰ ਕਰਵਾ ਦਿੱਤਾ ਜਾ ਸਕਦਾ ਤੇ ਸੈਕਿੰਡਲੀ ਜੇ ਫਸਟ ਮੈਰਿਜ ਦਾ ਖਤਮ ਹੀ ਨਹੀਂ ਹੋਈ ਤੇ ਉਹਨੇ ਸੈਕਿੰਡ ਮੈਰਿਜ ਕਰ ਲਈ ਹੈ
ਤੇ ਇੱਕ ਤੇ ਉਹ ਬਾਇਗਮੀ ਦਾ ਅਫੈਂਸ ਬਣ ਜਾਂਦਾ ਸੈਕੰਡਲੀ ਜਿਹੜੀ ਸੈਕੰਡ ਮੈਰਿਜ ਹੈ ਉਹ ਐਬ ਇਨੀਸ਼ੋ ਵੋਇਡ ਮੰਨੀ ਜਾਂਦੀ ਹੈ ਕਿ ਸੈਕੰਡ ਮੈਰਿਜ ਲੀਗਲੀ ਉਹ ਉਹਦੀ ਕੋਈ ਵੈਲਿਡਿਟੀ ਨਹੀਂ ਹੈਗੀ ਉਹ ਮੈਰਿਜ ਨਹੀਂ ਹੈਗੀ ਤੇ ਉਹ ਬਲਕਿ ਪਾਰਟੀ ਚੀਟਿੰਗ ਲਈ ਤੇ ਉਹਨੂੰ ਕੰਪਨਸੇਸ਼ਨ ਲਈ ਕਲੇਮ ਕਰ ਸਕਦੀ ਹੈ ਤੇ ਲਿਟੀਗੇਸ਼ਨ ਸਟਾਰਟ ਕਰ ਸਕਦੀ ਹੈ जी 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 इस दे नाल ही मैं अपने व्यूअर्स नूं भी यह कह देना चाहनी कि जेकर थोड़ा कोई इस तरह का मसला जिहड़ा हैगा पर्सनल लाइफ दे नाल रिलेटिड या प्रॉपर्टी का इशू है या कोई भी इस तरह का लीगल इशू जिहड़ा तुसीं डिस्कस करना चाहते हो सलाह लेना चाहते हो मिस्टर करण एस ठकुराल जी की तो इन्हों का जिहड़ा पर्सनल नंबर है वो स्क्रीन पर भी जिहड़ा है वो आ रहा तुसीं उस नंबर पर भी कॉन्टैक्ट कर सकते हो और जेकर इस टाइम तुसीं उन्हां दे नाल गल करना चाहते हो तो शो दे विच बिल्कुल जिहड़ा है वो हाज़र ने तो थोड़ियां गल्लबात का जवाब देण दे लई भी बिल्कुल हाज़र ने एंड फिलहाल गल करते हैं जी जो डिक्री की वैलिडिटी की गल आती है मान लो कि डायवोर्स जोड़ा आ वह मिल गया कि वो जी डिक्री फॉरन कंट्री की इंडिया के वैलिड है जी एन से एक लॉ एप्लीकेबल होंगे जो कि कहें सबमिटिंग टू द कोर्ट्स ज्यूरिसडिक्शन जे दोनों पार्टीज म्यूचुअली एग्री करके डिस्पाइट इंडिया में मैरिज की उन्होंने तो बाहर फॉरन कोर्ट में जो डिवोर्स लै रहे हैं पर दोनों पार्टीज म्यूचुअली एग्री करके लै रहे हैं तो वह इंडिया में वैलिड होएगा पर जे एक पार्टी दूजी पार्टी तो छुप के या किसी तरह एक्स पार्टी डिवोर्स लै लेती है उनकी इंडिया में कोई वैलिडिटी नहीं होगी तो उन्हें दोनों मैरिड ही मनिया जाएगा कॉन्टीन्यूअस मनी जाएगी मैरिज जी ओके सर आप इस बारे गल करते हैं जी एक कॉल ले लिए हेलो हेलो हाँ जी सत श्री अकाल जी हाँ सत श्री अकाल जी मैं जसबीर सिंह बोल रहा जी मैं एडवोकेट साहब नाल गल करनी सी जी 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 सर एडवोकेट साहब पूछना चाहना कि मेरे खन्ने मेरी जमीन पई है जी 50 किले ਤੇ ਉਹ ਜ਼ਮੀਨ ਦੇ ਉੱਤੇ ਜੀ ਮੇਰੇ ਹੀ ਪਰਿਵਾਰ ਦੇ ਕੋਈ ਬੰਦੇ ਨੇ ਸਾਡੇ ਪੇਪਰ ਸਾਡੇ ਕੋਲ ਨੇ ਪਰ ਮੈਂ ਜੀ ਇੰਡੀਆ ਆ ਨਹੀਂ ਸਕਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਤੇ ਜੀ ਉਹਨਾਂ ਨੇ ਕਬਜ਼ਾ ਕਰ ਲਿਆ ਜੀ ਮੇਰੀ ਪੂਰੀ ਜ਼ਮੀਨ ਦੇ ਉੱਤੇ ਤੇ ਮੈਂ ਵਕੀਲ ਸਾਹਿਬ ਨੂੰ ਜਾਣਨਾ ਚਾਹੁੰਦਾ ਸੀਗਾ ਕਿ ਮੈਂ ਕੇਸ ਕਰਨਾ ਜੀ ਉਹਨਾਂ ਦੇ ਉੱਤੇ ਮੈਂ ਕੀ ਕਰ ਸਕਦਾ ਜੀ ਮੇਰੇ ਕੋਲ ਮੇਰੇ ਕੀ ਰਾਈਟਸ ਨੇ ਤੁਹਾਡੇ ਸਰ ਪੂਰੇ ਰਾਈਟਸ ਹੈਗੇ ਤੁਸੀਂ ਕਿਹਾ ਕਿ ਕਬਜ਼ਾ ਕਰ ਲਿਆ ਤੇ ਐਗਰੀਕਲਚਰਲ ਲੈਂਡ ਹੋਵੇਗਾ ਜੇ ਤੁਹਾਡਾ 50 ਕਿੱਲੇ ਜ਼ਮੀਨ ਤੁਸੀਂ ਕਹਿ ਰਹੇ ਹੋ ਕਰ ਸਕਦੇ ਹੋ ਸਰ ਤੁਸੀਂ ਸਾਨੂੰ ਕੰਟੈਕਟ ਕਰ ਲੈਣਾ ਤੁਹਾਨੂੰ ਇੱਥੇ ਇੰਡੀਆ ਆਉਣ ਦੀ ਲੋੜ ਨਹੀਂ ਪੈਗੀ ਪਾਵਰ ਆਫ ਅਟਾਰਨੀ ਦੇ ਥਰੂ ਤੁਸੀਂ ਉੱਥੇ ਬੈਠੇ ਬੈਠੇ ਉਹਨੂੰ ਹੈਂਡਲ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਫਿਰ ਕੱਲ ਨੂੰ ਕਾਲ ਕਰਾਂਗਾ ਜੀ ਤੇ ਮੈਂ ਫਿਰ ਤੁਹਾਨੂੰ ਤੁਹਾਡੇ ਨਾਲ ਗੱਲ ਕਰਦਾ ਇਸ ਬਾਰੇ ਜੀ ਜੇ ਕਿਸੇ ਨੇ ਕਬਜ਼ਾ ਕੀਤਾ ਤਾਂ ਉਹਨੂੰ ਖਾਲੀ ਕਰਾਇਆ ਜਾ ਸਕਦਾ ਉਹਦੇ ਵਿੱਚ ਕੋਈ ਪ੍ਰੋਬਲਮ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਇੰਡੀਆ ਉਹਦੇ ਲਈ ਜੀ थैंक यू मेहरबानी वकील साहब मेहरबानी जी थैंक यू जी बहुत बहुत शुक्रिया एंड मैं थोड़ा ये भी कह देना चाहनी कि इन्हों के ऑफिस तो भी थोड़ा जी कॉल है वो आ जाएगी जेकर तुसी अपनी जी प्रॉब्लम है लीगल प्रॉब्लम है वो सोल्यूशन के लिए कोई भी एडवाइस लेना चाहोगे एक गल होर जी मैं कहना चाहूँगी एडवोकेट सर अपने व्यूअर्स के लिए कि बेशक आप गल जी डायवोर्स से कर रहे हैं बट सर एक बार प्लीज़ तुम दोबारा ये दस दौ कि मैटर्स के नाल जी ठकुराल लॉ एसोसीएट्स फर्म हैगी है डील करती है ਅਸੀਂ ਬੇਸਿਕਲੀ ਜੀ ਫੁੱਲ ਸਰਵਿਸ ਲਾਅ ਫਰਮ ਹੈਗੀ ਪਰ ਅਸੀਂ ਪ੍ਰੋਪਰਟੀ ਮੈਟਰਸ ਕਾਫੀ ਜ਼ਿਆਦਾ ਐਕਸਟੈਂਸਿਵਲੀ ਦੇਖਦੇ ਹਾਂ ਇਮੀਗ੍ਰੇਸ਼ਨ ਮੈਟਰਸ ਕ੍ਰਿਮੀਨਲ ਮੈਟਰਸ ਤੇ ਜਿਹੜੇ ਤੁਹਾਡੇ ਡਿਵੋਰਸ ਦੇ ਰਿਲੇਟਡ ਇੰਟਰ ਕੰਟਰੀ ਅਡੋਪਸ਼ਨ ਫੈਮਿਲੀ ਲਾਅਸ ਦੇ ਰਿਲੇਟਡ ਸਾਰੇ ਮੈਟਰਸ ਅਸੀਂ ਏ ਟੂ ਜ਼ੀ ਪੂਰੇ ਦੇਖਦੇ ਹਾਂ ਜੀ 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 ਕੋਈ ਵੀ ਕੁਐਰੀ ਹੋਏ ਕੋਈ ਵੀ ਕੁਐਸਚਨ ਹੈ ਤੁਸੀਂ ਬੇਝਿਜਕ ਹੋ ਕੇ ਕਾਲ ਕਰੋ ਜਾਂ ਕੰਟੈਕਟ ਕਰ ਸਕਦੇ ਹੋ ਸਾਨੂੰ ਜੀ ਐਂਡ ਗੱਲ ਕਰ ਰਹੇ ਸੀ ਆਪਾਂ ਡਿਵੋਰਸ ਦੀ ਸੋ ਚਲੋ ਥੋੜਾ ਜਿਹਾ ਇਸ ਚੀਜ਼ ਨੂੰ ਆਪਾਂ ਪ੍ਰੋਪਰਟੀ ਦੇ ਨਾਲ ਵੀ ਰਿਲੇਟ ਕਰਦੇ ਹਾਂ ਜਦੋਂ ਡਿਵੋਰਸ ਹੋ ਜਾਂਦਾ ਆ ਜਿਹੜਾ ਸਪਾਊਸ ਇੱਥੇ ਇੰਡੀਆ ਦੇ ਵਿੱਚ ਹੈ ਔਰ ਪ੍ਰੋਪਰਟੀ ਜਿਹੜੀ ਹੈ ਮੰਨ ਲਓ ਕਿ ਇੰਡੀਆ ਦੇ ਵਿੱਚ ਹੈ ਔਰ ਕੁਝ ਪ੍ਰੋਪਰਟੀ ਜਿਹੜੀ ਹੈ ਫੋਰਨ 'ਚ ਵੀ ਹੈ ਜਿਹੜੇ ਡਿਵੋਰਸ ਮਿਲਿਆ ਜਿਸ ਸਪਾਊਸ ਨੂੰ ਉਹਦਾ ਕਿਹੜੀ ਪ੍ਰੋਪਰਟੀ ਤੇ ਰਾਈਟ ਹੈਗਾ ਆ ਦੋਨਾਂ ਪ੍ਰੋਪਰਟੀਜ਼ ਤੇ ਰਾਈਟ ਹੈਗਾ ਜੀ ਪਰ ਉਹ ਡਿਪੈਂਡ ਕਰਦਾ ਜੀ ਕੋਰਟ ਨੇ ਡਿਕਰੀ ਕੀ ਦਿੱਤੀ ਹੈ ਕਈ ਵਾਰੀ ਕੋਰਟ ਦੋਨੋਂ ਪ੍ਰੋਪਰਟੀਜ਼ ਤੇ ਰਾਈਟ ਨਹੀਂ ਦਿੰਦਾ ਕਈ ਵਾਰੀ ਕੋਰਟ ਜਿਹੜਾ ਹੈ ਇੱਕ ਕੰਟਰੀ ਦੀ ਪ੍ਰੋਪਰਟੀ ਤੇ ਰਾਈਟ ਦੇਗਾ ਉਹਦੇ ਡਿਪੈਂਡ ਕਰੇਗਾ ਕਿ ਵੀ ਕਿੱਦਾਂ ਦੀ ਐਲਮਨੀ ਤੇ ਕੀ ਮੇਨਟੇਨੈਂਸ ਦਿੱਤੀ ਹੈ ਅਵਾਰਡ ਕੀਤੀ ਗਈ ਹੈ ਦੂਜੇ ਸਪਾਊਸ ਨੂੰ ਤੇ ਜ਼ਿਆਦਾਤਰ ਜਿਹੜੇ ਦੇਖਿਆ ਗਿਆ ਕਿ ਦੋਨੋਂ ਕੰਟਰੀਜ਼ ਵਿੱਚ ਅਵਾਰਡ ਕੀਤੀ ਜਾਂਦੀ ਹੈ
एक लमसम अमाउंट दिता जाता है एसेट्स विच दोनों कंट्रीज दे विच जिहड़े एसेट्स है उन्होंने प्रॉपर्टी डिवाइड किया जाता है। जी जी और सर कई बार एवं होंगे कि जिहड़ा डिवोर्स आप फाइल करना है ना मैरिज तो बाद किन्नी ड्यूरेशन जिहड़ी है वो अप्लाई करने के लिए जरूरी है कि एक ड्यूरेशन होंगी है भी वो इन्नी देर जिहड़ा इकट्ठे रहना जरूरी है। इकट्ठे रहना एक साल इकट्ठे रहना नहीं जरूरी जी एक मैरिज के बाद एक साल का पीरियड जरूरी होंगे जब तक तुसी भी कोर्ट पहुंच सकते हो कि कोर्ट जाके पिटीशन फाइल कर सकते हो पर एंदे विच भी काफी लोगों को गलतफहमी है कि यह भी मैंडेटरी पीरियड जिहड़ा हैगा वो सुप्रीम कोर्ट ने ऑर्डर किया होया एंदे विच कि भी रेयरेस्ट ऑफ रेयर केसिस कुछ सरकमस्टेंसेस विच वेव ऑफ किया जाएगा ते जे इमीडिएटली कई बार असीं केसिस वो भी हैंडल किए ने जिहड़े कि एक दो महीने पहले मैरिज हुई है ते इमीडिएटली दो महीने बाद ही डिवोर्स फाइल कर रहे हैं ਕੁੜੀ ਨੇ ਪਾਰਟਿਸਿਪੇਟ ਕੀਤਾ ਸੀ ਇੱਕ ਵਾਰੀ ਜੇ ਲਾਈਨ ਤੇ ਆ ਕੇ ਪੁੱਛੋ ਇਹਨਾਂ ਤੋਂ ਕਿ ਵੀ ਜਿਹੜਾ ਯੂਐਸ ਵਿੱਚ ਡਿਵੋਰਸ ਲਿੱਤਾ ਹੈ ਇਹ ਕੁੜੀ ਨੇ ਪਾਰਟਿਸਿਪੇਟ ਕੀਤਾ ਸੀ ਉਹਦੇ ਵਿੱਚ ਜੀ ਮੈਮ ਜੇਕਰ ਤੁਸੀਂ ਸੁਣ ਰਹੇ ਹੋ ਤਾਂ ਪਲੀਜ਼ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਕਿ ਕੀ ਜਿਹੜਾ ਤੁਸੀਂ ਅਮਰੀਕਾ ਦੇ ਵਿੱਚ ਡਿਵੋਰਸ ਲਿਆ ਆ ਉਹਦੇ ਵਿੱਚ ਤੁਸੀਂ ਕੁੜੀ ਦੀ ਪਾਰਟਿਸਿਪੇਸ਼ਨ ਰੱਖੀ ਹੈ ਹਾਂਜੀ ਉਹਨੂੰ ਕਾਗਜ਼ ਸਾਰੇ ਅਸੀਂ ਭੇਜੇ ਆ ਅਮਰੀਕਨ ਵੈਸੇ ਨਹੀਂ ਸਾਰੇ ਕਾਗਜ਼ ਭੇਜੇ ਤਲਾਕ ਦੇ ਕਾਗਜ਼ ਡਿਵੋਰਸ ਦਾ ਡਿਵੋਰਸ ਨਹੀਂ ਕੀਤਾ ਜਦੋਂ ਸ਼ੁਰੂ ਕੀਤਾ ਕਾਗਜ਼ ਉਹ ਵੀ ਭੇਜੇ ਤਲਾਕ ਹੋ ਰਹੀ ਹੈ ਤੁਹਾਨੂੰ ਕੀ ਕਹਿੰਨੀ ਆ ਉਹਨੂੰ ਦੱਸਿਆ ਨਹੀਂ ਕੁਝ ਵੀ ਜੀ 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 ਮੈਰਿਜ ਕਿੱਥੇ ਹੋਈ ਸੀ ਇਹਨਾਂ ਦੀ ਨਹੀਂ ਲੱਗ ਗਿਆ ਮੈਰਿਜ ਕਿੱਥੇ ਹੋਈ ਸੀ ਜੀ ਮੈਰਿਜ ਕਿੱਥੇ ਇੰਡੀਆ ਦੇ ਵਿੱਚ ਜੀ 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 ਉਹਨਾਂ ਦੀ ਜਾਇਦਾਦ ਲੈ ਸਕਦੀ ਇੰਡੀਆ ਦੀ ਲੋਕ ਜਾਂ ਅਮਰੀਕਾ ਦੇ ਮੁੰਡੇ ਦੇ ਪੈਸੇ ਲੋਕ जी इन्हों का ये सवाल है कि हुण वो जायदाद जिहड़ी आ वो इंडिया की ही लेगी या अमरीका की भी लेगी और जे जिहड़ा उन्होंने इत्थे केस फाइल किया होया उहदा अग्गे की स्कोप हैगा देखो जी इन्हां लई एक जरूरी हैगा कि इत्थे सूट फॉर डिकलरेशन फाइल करना बहुत जरूरी हैगा अनफॉर्चुनेटली इन्हां नूं शायद ठीक एडवाइस नहीं मिली जो हले सिचुएशन जिहड़ी जिन्हां ने दसी है जिहड़ा इन्हां ने यूएस तों डिवोर्स लिता वो वैलिड नहीं हैगा इंडिया विच जी इन्हां नूं एक इत्थे केस फाइल करना पएगा सूट फॉर डिकलरेशन अंडर सैक्शन 34 स्पेसिफिक रिलीफ एक्ट जिंदे विच इन्हां नूं एक कोर्ट तों डिक्री चाहीदी है कि जिहड़ा यूएस कोर्ट दा डिवोर्स ऑर्डर हैगा वो इंडिया विच वैलिड किया जाए जी उस तो बगैर इंडिया विच वो डिवोर्स पार्टीज मन्ने नहीं जानगी ते इन्हां दे बेटे जिहड़े हैगे मेरे ख्याल बेटे दी गल कर रहे सी जी 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 उहनां को इत्थे मैरिड ही मन्ने जाणगे वो कुड़ी नाल जी ते उहनां पूरा हक रहेगा एसेट्स ते भी ते जे उहनां ने दूजा विआह कर लिया कदे ते उहनां ते बायगेमी दा केस भी फाइल हो सकदा है जी ओके इस केस दे विच मैं तुहानूं जिन्हां दे भी कॉल सी जरूर कह देना चाहूंगी कि जेकर तुसीं इजाजत दो तां इधरों भी जिहड़ी कॉल कीती जा सकदी है तुहानूं एंड एक गल होर जिहड़ी मैं सर तुहानूं पुछना चाहुंदी आ उह ये जानना चाहुंदी कि किहड़ी किहड़ी कंट्रीज़ दे नाल ठकुराल लॉ एसोसिएट्स फर्म जिहड़ी है वह डील करती है मोर देन 25 कंट्रीज़ आ देयर ते असीं बेस ज्यादा जिहड़े एक्सटेंसिवली केसिस साडे कोल हैगे उह आस्ट्रेलिया कैनेडा अमेरिका जिहड़ी पाकिस्तान ए कंट्रीज तो ज्यादातर हैगे ते बाकी वैसे मोर देन 25 कंट्रीज हैगी मेनली ए कंट्रीज हैगी
जी 25 कंट्रीज दे विच ए जिहड़े साडे व्यूअर्स ने ओह वी इंक्लूड ने। सो जेकर तुहाडा कोई भी सवाल है, बेशक गल अज आपां डाइवोर्स दी कर रहे हां, डाइवोर्स दे नाल नाल होर भी कोई कानूनी मुद्दा है, खास तौर ते जिवें कि असीं जाणदे हां कि प्रॉपर्टी दे जिहड़े मसले ने ओह ज़्यादा चलंत हुंदे ने, प्रॉपर्टी दे इशूज जिहड़े ने ओह ज़्यादा हुंदे ने। एक अज कॉल जिहड़ी आई सी सर शो तों पहलां, ओह इह सीगी कि किसे दी कोई प्रॉपर्टी सीगी, कमर्शियल प्रॉपर्टी, दुकाना सीगियां और दुकाना जिहड़ियां सी उन्होंने लीज़ ते दित्तियां होईयां सी, बट जिस इंसान नूं लीज़ ते दित्तियां सी उन्हां दी डैथ हो गई, डैथ तो बाद जिहड़े उन्हां दे सन सीगे उन्हां ने एक्वायर कर लिया, बट काफ़ी साल वह दुकाना जिहड़ियां ने खोलियां नहीं, मतलब वो दुकाना बंद सीगियां, पर जिहड़े जिन्हां ने लीज़ ते दित्तियां सी उन्हां दी भी डैथ हो गई और उस तो बाद वह जिहड़ी प्रॉपर्टी है वह जिहड़ियां दुकाना सीगियां उन्हां दे जिहड़े सन सीगे उन्हां दे कोल आईयां, बट मैटर यह हो गया कि जिहड़ी प्रॉपर्टी लीज़ ते दित्ती हुई सी उन्हां दा कब्जा 25 साल दा सीगा, वह एक्वायर करना चाहते सी, एक्वायर नहीं कर सके क्योंकि लीगल राइट जिहड़ा सी वह रीयल ओनर दा सीगा। रीयल ओनर ने जदों उन्हां तों ये जिहड़ी प्रॉपर्टी एक्वायर करना चाही तां फिर 25 ईयर्स वाला जिहड़ा कब्जा सी वह हावी हुंदा है, कि इहदा कोई होर तोड़ है कानूनी? ਬਿਲਕੁਲ ਤੋੜ ਹੈ ਜੀ, ਜੇ ਉਹਨਾਂ ਦੇ ਕੋਲ ਟਾਈਟਲ ਕਲੀਅਰ ਹੈਗਾ, ਉਹਨਾਂ ਦੇ ਕੋਲ ਡਾਕੂਮੈਂਟਸ ਹੈਗੇ, ਜੇ 25 ਸਾਲ ਹੋ ਗਏ ਨਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲੀਜ਼ ਇੱਕ ਟੈਨੈਂਟ ਦੀ ਰਾਈਟ, ਟੈਨੈਂਟ ਜਿੰਨੀ ਹੀ ਰਹੇਗੀ, ਟੈਨੈਂਸੀ ਤੇ ਉਹ ਕਨਵਰਟ ਹੋ ਕੇ ਓਨਰਸ਼ਿਪ ਵਿੱਚ ਨਹੀਂ ਬਦਲੇਗੀ। ਤੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਦੋਨਾਂ ਦੀ ਡੈਥ ਹੋ ਚੁੱਕੀ ਸੀ ਜੀ, ਲੈਂਡਲੋਰਡ ਦੀ ਵੀ ਤੇ ਟੈਨੈਂਟ ਦੀ ਵੀ, ਤੇ ਇਹਦੇ ਵਿੱਚ ਕੋਈ ਅੱਗੇ ਜਾ ਕੇ ਉਹ ਹਾਇਰਾਰਕੀ ਵਿੱਚ ਅੱਗੇ ਫਾਰਵਰਡ ਨਹੀਂ ਹੋਣੀ ਰਾਈਟਸ ਜਿਹੜੇ, ਬਲਕਿ ਲੈਂਡਲੋਰਡ ਦੇ ਬੱਚੇ ਹੈਗੇ ਉਹ ਐਜ਼ ਅ ਓਨਰ ਉੱਥੇ ਪ੍ਰਾਪਰਟੀ ਨੂੰ ਕਲੇਮ ਕਰ ਸਕਦੇ ਨੇ, ਚਾਹੇ 25 ਸਾਲ ਹੋ ਗਏ ਹੋਣ ਚਾਹੇ 50 ਸਾਲ ਹੋ ਗਏ ਹੋਣ, ਉਹਨਾਂ ਦੀ ਰਾਈਟ ਬਰਕਰਾਰ ਰਹੇਗੀ ਤੇ ਉਹ ਕਲੇਮ ਕਰ ਸਕਦੇ ਨੇ ਓਨਰਸ਼ਿਪ। ਤੇ ਜਿਹੜਾ ਟੈਨੈਂਟ ਜੇ ਕੋਈ ਐਕਵਾਇਰ ਕਰ ਰਿਹਾ ਇਹ ਕਬਜ਼ਾ ਹੈਗਾ, ਉਹਨੂੰ ਇਵਿਕਟ ਵੀ ਕੀਤਾ ਜਾ ਸਕਦਾ ਪ੍ਰਾਪਰਟੀ ਤੋਂ, ਬਿਲਕੁਲ ਫਟਾਫਟ ਇਹਦਾ ਈਜ਼ੀ ਪ੍ਰੋਸੈਸ ਹੈਗਾ। ਜੀ ਜੀ, ਅੱਛਾ ਜੇਕਰ ਲੀਜ਼ ਦੀ ਗੱਲ ਕਰੀਏ ਤਾਂ ਮੈਕਸੀਮਮ ਕਿੰਨੇ ਸਾਲ ਤੱਕ ਦੇ ਲਈ ਆਪਾਂ ਕੋਈ ਕਮਰਸ਼ੀਅਲ ਪ੍ਰਾਪਰਟੀ ਹੈ ਜਿਹੜੀ ਐਗਰੀਕਲਚਰ ਪ੍ਰਾਪਰਟੀ ਹੈ ਉਹਨੂੰ ਲੀਜ਼ ਤੇ ਦੇ ਸਕਦੇ ਹਾਂ? ਜੇ ਕੋਈ ਫਿਕਸ ਪੀਰੀਅਡ ਨਹੀਂ ਹੈਗਾ, ਪਰ ਨਾਰਮਲੀ ਜਿਹੜੀ ਲੀਜ਼ ਜਿਹੜੀ ਅਸੀਂ ਦੇਖਦੇ ਆ ਰਹੇ ਆ 2 ਇਅਰ, 5 ਇਅਰ ਤੇ 10 ਇਅਰ ਦੀ ਲੀਜ਼ ਰਹਿੰਦੀ ਹੈ ਜੀ। ਜੀ, ਤੇ ਰਜਿਸਟਰਡ ਡਾਕੂਮੈਂਟ ਇਹਦੇ ਲਈ ਲੀਜ਼ ਕਰਦੇ ਨੇ, 11 ਮਹੀਨੇ ਤੋਂ ਉੱਤੇ ਜਿਹੜੀ ਵੀ ਲੀਜ਼ ਕਰਦੇ ਆ ਉਹਨੂੰ ਰਜਿਸਟਰਡ ਕਰਾਉਣਾ ਜ਼ਰੂਰੀ ਹੈ, ਉਹਦੇ ਤੇ ਸਟੈਂਪ ਡਿਊਟੀ ਪੇ ਕਰਨੀ ਜ਼ਰੂਰੀ ਹੁੰਦੀ ਹੈ। ਜੀ ਜੀ, ਔਰ ਰਜਿਸਟ੍ਰੇਸ਼ਨ ਦੇ ਲਈ ਮੈਕਸਿਮਮ ਜਿਹੜੀ ਵੈਲਿਊ ਹੈ ਉਹ ਕੋਈ ਵੀ ਹੋ ਸਕਦੀ ਹੈ, ਮਿਨਿਮਮ ਵੈਲਿਊ? ਬਿਲਕੁਲ ਕੋਈ ਵੀ ਹੋ ਸਕਦੀ ਹੈ ਜੀ। ਜੀ ਜੀ ਜੀ, ਉਹ ਟੋਟਲ ਰੈਂਟ ਤੇ ਜਿੰਨੇ ਲੀਜ਼ ਅਮਾਉਂਟ ਤੇ ਤੁਸੀਂ ਜਿਹੜਾ ਟੈਨੈਂਸੀ ਦਾ ਰੱਖ ਰਹੇ ਹੋ ਉਹਦੇ ਤੇ ਕੋਰਟ ਫੀ ਐਪਲੀਕੇਬਲ ਹੁੰਦੀ ਹੈ। ਜੀ ਸਰ, ਇੱਕ ਜਿਹੜੀ ਇੱਕ ਕੇਸ ਇਹ ਸੀਗਾ ਕਿ ਇੱਕ ਪ੍ਰਾਪਰਟੀ ਜਿਹੜੀ ਆ 3 ਫਲੋਰਸ ਉਹਦੇ ਬਣੇ ਹੋਏ ਨੇ, ਠੀਕ ਹੈ, 3 ਫਲੋਰਸ ਦੇ ਵਿੱਚੋਂ ਇੱਕ ਫਲੋਰ ਜਿਹੜਾ ਟੌਪ ਫਲੋਰ ਹੈ ਜਿਨ੍ਹਾਂ ਦਾ ਇਹ ਕੇਸ ਹੈ ਉਹਨਾਂ ਦੇ ਫਾਦਰ ਨੇ ਸੋਲਡ ਆਊਟ ਕਰ ਦਿੱਤਾ, ਜਿਹੜਾ ਸੈਕਿੰਡ ਫਲੋਰ ਸੀਗਾ ਉਹ ਸੀਗਾ ਰੈਂਟ ਆਊਟ ਕੀਤਾ ਹੋਇਆ, ਬਟ ਰੈਂਟ ਆਊਟ ਤੋਂ ਕੁਝ ਪੈਸੇ ਜਿਹੜੇ ਸੀਗੇ ਐਜ਼ ਅ ਐਡਵਾਂਸ ਰੈਂਟ ਦੇ ਵਿੱਚ ਲਏ ਹੋਏ ਸੀ, ਜਿਹੜੇ ਕਿ ਰੀਪੇ ਨਹੀਂ ਹੋ ਪਾਏ ਬਿਕੋਜ਼ ਰੀਅਲ ਓਨਰ ਦੀ ਜਿਹੜੀ ਸੀ ਉਹ ਡੈਥ ਹੋ ਗਈ ਸੀ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕੋਰਟ ਕੇਸ ਦੇ ਜ਼ਰੀਏ ਉਹ ਜਿਹੜਾ ਸੈਕਿੰਡ ਫਲੋਰ ਸੀ ਉਹ ਆਪਣੇ ਨਾਮ ਕਰਵਾ ਲਿਆ। ਹੁਣ ਜਿਹੜਾ ਰੀਅਲ ਓਨਰ ਹੈ ਉਹ ਪ੍ਰੋਪਰਟੀ ਐਕਵਾਇਰ ਕਰਨਾ ਚਾਹੁੰਦਾ ਹੈ, ਆਪਣੀ ਪ੍ਰੋਪਰਟੀ ਜਿਹੜੀ ਹੈ ਉਹਨਾਂ ਨੂੰ ਰੀਪੇ ਕਰਕੇ, ਇਸ ਕੇਸ ਦੇ ਵਿੱਚ ਕੀ ਸਕੋਪ ਹੈਗਾ? ਇਹਦੇ ਡਿਕਲੇਰੇਸ਼ਨ ਸੂਟ ਫਾਈਲ ਹੋਏਗਾ ਜੀ। ਫਸਟ ਆਫ ਆਲ ਤੁਸੀਂ ਕਹਿ ਰਹੇ ਹੋ ਜਿਹੜਾ ਟੈਨੈਂਟ ਸੀ ਉਹਨੇ ਆਪਣੇ ਨਾਮ ਕਰਾ ਲਿਆ ਪ੍ਰੋਪਰਟੀ? ਜੀ, ਟੈਨੈਂਟ ਨੇ, ਕਿਉਂਕਿ ਜਿਹੜਾ ਅਮਾਊਂਟ ਉਹਨਾਂ ਕੋਲੋਂ ਐਡਵਾਂਸ ਰੈਂਟ ਲਿਆ ਹੋਇਆ ਸੀ ਉਹ ਰੀਪੇ ਨਹੀਂ ਕਰ ਪਾਏ। ਨਹੀਂ ਨਹੀਂ, ਉਹ ਬਿਲਕੁਲ ਗਲਤ ਇਹਦਾ ਟ੍ਰਾਂਸਫਰ ਹੋਇਆ ਜੀ, ਫਰੋਡੁਲੈਂਟ ਟ੍ਰਾਂਸਫਰ ਹੈ। ਇਹਦੇ ਵਿੱਚ ਇੱਕ ਸੂਟ ਫੋਰ ਡਿਕਲੇਰੇਸ਼ਨ ਫਾਈਲ ਹੋਏਗਾ ਸਿਵਲ ਪ੍ਰੋਸੀਜਰ ਕੋਡ ਦੇ ਅੰਡਰ, ਸਿਵਲ ਕੇਸ ਹੈ, ਕਿਸੇ ਨੂੰ ਇੱਥੇ ਆਉਣ ਦੀ ਲੋੜ ਵੀ ਨਹੀਂ ਪਏਗੀ। ਤੇ ਉਹਦੇ ਵਿੱਚ ਕੋਰਟ ਡਿਕਰੀ ਕਰ ਦੇਗਾ ਕਿ ਵੀ ਜਿਹੜਾ ਰੀਅਲ ਓਨਰ ਹੈ ਉਹੀ ਰਾਈਟਫੁਲ ਓਨਰ ਹੈ। ਜੇ ਉਹਨੇ ਟੈਨੈਂਟ ਨੇ ਆਪਣਾ ਅਮਾਊਂਟ ਰਿਕਵਰ ਕਰਨਾ ਸੀ ਤੇ ਉਹਦੇ ਲਈ ਇੱਕ ਰਿਕਵਰੀ ਸੂਟ ਫਾਈਲ ਕਰ ਸਕਦਾ ਅਮਾਊਂਟ ਲਈ, ਪਰ ਪ੍ਰੋਪਰਟੀ ਨੂੰ ਆਪਣੇ ਨਾਂ ਤੇ ਨਹੀਂ ਟ੍ਰਾਂਸਫਰ ਕਰਾ ਸਕਦਾ ਸੀ, ਉਹ ਫਰੋਡੁਲੈਂਟ ਟ੍ਰਾਂਸਫਰ ਹੈਗਾ ਜੀ। ਜੀ, ਐਕਚੁਅਲ ਦੇ ਵਿੱਚ ਇਹ ਜਿਹੜਾ ਕੇਸ ਆ ਆਲਮੋਸਟ 12 ਸਾਲ ਪਹਿਲਾਂ ਦਾ, ਕੀ ਇਸ ਟਾਈਮ ਦੁਬਾਰਾ ਜਿਹੜਾ ਡੈਕਲੇਰੇਸ਼ਨ ਦਾ ਸੂਟ ਆਫ ਫਾਈਲ ਕੀਤਾ ਜਾ ਸਕਦਾ ਹੈ? ਬਿਲਕੁਲ ਫਾਈਲ ਕੀਤਾ ਜਾ ਸਕਦਾ ਹੈ ਜੀ। ਇਹਦੇ ਲਈ ਕੋਈ ਮੈਕਸਿਮਮ ਟਾਈਮ ਹੈਗਾ ਕਿ ਇਨੀ ਦੇਰ ਤੋਂ ਬਾਅਦ? ਨਹੀਂ, ਨੌਲੇਜ ਤੋਂ ਟਾਈਮ ਸਟਾਰਟ ਹੁੰਦਾ ਜੀ। ਜੇ ਉਹਦੇ ਨੌਲੇਜ ਵਿੱਚ ਹੁਣ ਆਈ ਹੈ ਇਹ ਚੀਜ਼ ਕਿ ਵੀ ਹੁਣੇ ਟ੍ਰਾਂਸਫਰ ਹੋਇਆ ਜਾਂ ਉਹਦੀ ਪ੍ਰਾਪਰਟੀ ਉਹਦੇ ਹੱਥੋਂ ਖੋਲੀ ਗਈ ਹੈ, ਫਾਦਰ ਦੀ ਪ੍ਰਾਪਰਟੀ ਖੋਲੀ ਗਈ ਹੈ, ਤੇ ਉਹਨੂੰ ਬਿਲਕੁਲ ਇੰਡੀਪੈਂਡੈਂਸ ਹੈਗੀ, ਉਹ ਫਾਈਲ ਕਰ ਸਕਦੇ ਨੇ ਇਮੀਡੀਏਟਲੀ ਕੇਸ। ਜੀ ਜੀ ਜੀ, ਅੱਛਾ ਇਹਦੇ ਨਾਲ ਜਿਹੜਾ ਇੱਕ ਸਵਾਲ ਹੋਰ ਹੈ ਕਿ ਜਦੋਂ ਆਪਾਂ ਡਾਈਵੋਰਸ ਦੀ ਗੱਲ ਕਰਦੇ ਹਾਂ, ਡਾਈਵੋਰਸ ਕੇਸ ਫਾਈਲ ਹੁੰਦਾ ਹੈ, ਬਹੁਤ ਸਾਰੇ ਲੋਕ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਕਿ ਜਿਹੜੀ ਜਲਦਬਾਜ਼ੀ ਹੈ ਉਹ ਬੇਸ਼ੱਕ ਭਾਵੇਂ ਵਿਆਹ ਵੇਲੇ ਜਿਹੜੀ ਉਹ ਨਾ ਕੀਤੀ ਜਾਵੇ, ਪਰ ਡਾਈਵੋਰਸ ਵੇਲੇ ਜਿਹੜੀ ਉਹ ਜ਼ਰੂਰ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਇਸ ਕੇਸ ਤੋਂ ਖਹਿੜਾ ਛੁਡਾਇਆ ਜਾਵੇ, ਸੋ ਦੈਟ ਰੀਮੈਰਿਜ ਜਿਹੜੀ ਹੈ ਦੁਬਾਰਾ ਕੀਤੀ ਜਾ ਸਕੇ। ਇੱਕ NRI ਪਾਰਟੀ ਜਦੋਂ ਡਾਈਵੋਰਸ ਫਾਈਲ ਕਰਦੀ ਹੈ, ਕਿੰਨਾ ਟਾਈਮ ਜਿਹੜਾ ਆ ਮੈਕਸਿਮਮ ਲੱਗ ਸਕਦਾ ਹੈ ਡਾਈਵੋਰਸ ਮਿਲਣ ਨੂੰ?
ਦੇਖੋ ਜੀ, ਇੰਡੀਆ ਵਿੱਚ ਇੱਕ ਡਿਵੋਰਸ ਵੀ ਏਦਾਂ ਦੀ ਚੀਜ਼ ਹੈ ਜਿਹਨੂੰ ਕਿ ਬੜਾ ਸਲੋ ਸਲੋਲੀ ਤੇ ਗ੍ਰੈਜੂਅਲੀ ਕੋਰਟ ਡੀਲ ਕਰਦਾ। ਪਹਿਲੀ ਪ੍ਰਾਇੋਰਟੀ ਕੋਰਟਸ ਦੀ ਹੁੰਦੀ ਹੈ ਕਿ ਦੋਨੋਂ ਪਾਰਟੀਆਂ ਦਾ ਮੀਡੀਏਸ਼ਨ ਕਰਾ ਕੇ ਮੈਰਿਜ ਨੂੰ ਸੇਵ ਕੀਤਾ ਜਾ ਸਕੇ ਜੀ। ਪਰ ਜਦ ਕੋਰਟ ਨੂੰ ਲੱਗਦਾ ਹੈ ਕਿ ਸੇਵ ਨਹੀਂ ਕੀਤੀ ਜਾ ਸਕਦੀ ਮੈਰਿਜ, ਤੇ ਫਿਰ ਹੀ ਡਿਵੋਰਸ ਦਾ ਆ ਕੇ ਪ੍ਰੋਸੈਸ ਸਟਾਰਟ ਹੁੰਦਾ। ਤੇ ਮਿਨੀਮਮ ਪੀਰੀਅਡ ਜਿਹੜਾ ਲੈ ਕੇ ਚੱਲਣਾ ਚਾਹੀਦਾ ਇੱਕ ਪਾਰਟੀ ਨੂੰ ਸਟਾਰਟ ਕਰਨ ਵੇਲੇ, ਉਹ ਸਾਲ ਤੋਂ 2 ਸਾਲ ਦਾ ਪੀਰੀਅਡ ਲੈ ਕੇ ਚੱਲਣਾ ਚਾਹੀਦਾ। ਜੀ 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 ਔਰ ਮੀਡੀਏਸ਼ਨ ਦਾ ਸਕੋਪ ਐਨਆਰਆਈ ਦੇ ਲਈ ਇੱਥੇ ਇੰਡੀਆ 'ਚ ਬੈਠੀ ਪਾਰਟੀ ਦੇ ਨਾਲ ਕਿਵੇਂ ਪੋਸੀਬਲ ਹੈ? ਉਹ ਵੀਡੀਓ ਕਾਨਫਰੰਸਿੰਗ ਦੇ ਥਰੂ ਜੀ ਉਹਦੇ ਲਈ ਇੰਡੀਪੈਂਡੈਂਟ ਮੀਡੀਏਟਰ ਅਪਾਇੰਟ ਹੁੰਦਾ। ਜਿਹੜਾ ਐਨਆਰਆਈ ਜਿਹੜੀ ਪਾਰਟੀ ਹੈਗੀ ਉਹ ਇੱਕ ਵੀਡੀਓ ਕਾਨਫਰੰਸਿੰਗ ਦੇ ਥਰੂ ਪਾਰਟਿਸਿਪੇਟ ਕਰ ਸਕਦੀ ਤੇ ਜਿਹੜੀ ਇੰਡੀਅਨ ਰੈਜ਼ੀਡੈਂਟ ਹੈ ਉਹ ਉੱਥੇ ਪਰਸਨਲੀ ਪ੍ਰੈਜ਼ੈਂਟ ਹੋ ਸਕਦੀ। ਜੀ, ਔਰ ਹਮੇਸ਼ਾ ਜ਼ਰੂਰੀ ਹੈ ਕਿ ਜਿਹੜਾ ਮੀਡੀਏਟਰ ਹੈ ਉਹ ਕੋਰਟ ਵੱਲੋਂ ਹੀ ਅਪਾਇੰਟ ਕੀਤਾ ਜਾਵੇ ਕਿ ਪਾਰਟੀਜ਼ ਆਪਣਾ ਆਪਣਾ ਮੀਡੀਏਟਰ ਰੱਖ ਸਕਦੀਆਂ ਨੇ? ਦੇਖੋ ਜੀ, ਜਦ ਕੋਰਟ ਵਿੱਚ ਇੱਕ ਡਿਵੋਰਸ ਸਟਾਰਟ ਹੋ ਜਾਂਦਾ ਹੈ ਤੇ ਕੋਰਟ ਹੀ ਅਪਾਇੰਟ ਕਰਦਾ ਮੀਡੀਏਟਰ। ਜੇ ਕੋਰਟ ਵਿੱਚ ਪ੍ਰੋਸੈਸ ਨਹੀਂ ਪਹੁੰਚਿਆ, ਹਲੇ ਸਟਾਰਟ ਨਹੀਂ ਕੀਤੀ ਕਿਸੇ ਨੇ ਪਟੀਸ਼ਨ, ਤੇ ਦੋਨੋਂ ਪਾਰਟੀਆਂ ਮਿਊਚੁਅਲੀ ਐਗਰੀ ਕਰਕੇ ਕਿਸੇ ਨੂੰ ਵੀ ਆਪਟ ਕਰ ਸਕਦੇ ਨੇ। ਜੀ, ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੁੰਦੀ ਹੈ, ਜਦੋਂ ਆਪਾਂ ਜੇ ਪੁਰਾਣੇ ਪੰਜਾਬ ਦੀ ਵੀ ਗੱਲ ਕਰੀਏ ਜਾਂ ਫਿਰ ਇੱਕ ਪੰਚਾਇਤੀ ਜਿਹੜੀ ਸਲਾਹ ਆ ਉਹਦੀ ਵੀ ਗੱਲ ਕਰੀਏ, ਤੇ ਪੰਚਾਇਤਾਂ ਦੇ ਵਿੱਚ ਡਾਇਵੋਰਸ ਜਿਹੜਾ ਆ ਉਹ ਲਿਆ ਜਾ ਸਕਦਾ ਆ, ਜਾਂ ਜੇ ਲਿਆ ਜਾ ਸਕਦਾ ਤੇ ਇਹਦੀ ਵੈਲਿਡਿਟੀ ਕਿੰਨੀ ਕੁ ਅੱਜ ਦੇ ਟਾਈਮ ਦੇ ਵਿੱਚ? ਪੰਚਾਇਤ ਦਾ ਡਿਵੋਰਸ ਦਿੱਤਾ ਹੋਇਆ ਬਿਲਕੁਲ ਵੀ ਵੈਲਿਡ ਨਹੀਂ ਹੈਗਾ। ਕਾਫੀ ਪੰਚਾਇਤੀ ਫੈਸਲੇ ਹੁੰਦੇ ਨੇ, ਕੁੜੀ ਨੂੰ ਐਲਮਨੀ ਵੀ ਦਿਲਾ ਦਿੰਦੇ ਨੇ, ਪਰ ਉਹ ਬਿਲਕੁਲ ਵੀ ਵੈਲਿਡ ਨਹੀਂ ਹੈਗਾ, ਤੇ ਉਹਦੀ ਕੋਈ ਲੀਗਲੀ ਕੋਈ ਹੁੰਦੀ ਕੋਈ ਹੁੰਦੀ ਕੋਈ ਵੈਲਿਊ ਨਹੀਂ ਰੱਖਦੀ। ਪਾਰਟੀਜ਼ ਦੋਨੋਂ ਮੈਰਿਜ ਮੈਰਿਡ ਬਣੀਆਂ ਜਾਣਗੀਆਂ ਇਨ ਦੀ ਆਈਜ਼ ਆਫ ਲਾਅ। ਜੀ ਜੀ ਜੀ, ਕੋਰਟ ਤੋਂ ਡਿਵੋਰਸ ਡਿਗਰੀ ਲੈਣੀ ਬਹੁਤ ਜ਼ਰੂਰੀ ਹੈਗੀ ਇਹਦੇ ਲਈ। ਜੀ, ਯਾਨੀ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਪੰਚਾਇਤੀ ਡਿਵੋਰਸ ਆ ਉਹ ਸਟੈਂਡ ਨਹੀਂ ਕਰਦਾ। ਔਰ ਵਟ ਅਬਾਊਟ ਐਗਰੀਮੈਂਟ? ਸੌਰੀ, ਵਟ ਅਬਾਊਟ ਐਗਰੀਮੈਂਟ? ਜੇ ਐਗਰੀਮੈਂਟ ਦੇ ਥਰੂ ਲੈ ਲੈਂਦੇ ਜਦੋਂ ਆਪਾਂ ਮਿਊਚੁਅਲ ਡਿਵੋਰਸ ਦੀ ਗੱਲ, ਬਿਲਕੁਲ ਉਹਦੀ ਕੋਈ ਵੈਲਿਊ ਨਹੀਂ ਹੈਗੀ ਜੀ, ਬਿਲਕੁਲ ਜ਼ੀਰੋ ਹੈ। ਕੋਰਟ ਦੀ ਡਿਗਰੀ ਦੇ ਥਰੂ ਹੀ ਇੱਕ ਮੈਰਿਜ ਨੂੰ ਡਿਸੋਲਵ ਕੀਤਾ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਉਹਦੇ ਲਈ। ਜੀ, ਜਿਵੇਂ ਆਪਾਂ ਨੂੰ ਇਹ ਵਾਲੀ ਇੱਕ ਕਾਲ ਆਈ ਸੀਗੀ ਕਿ ਜਿਹੜੀ ਇੱਧਰ ਡਿਵੋਰਸ ਦੀ ਡਿਗਰੀ ਜਿਹੜੀ ਆ ਉਹ ਲੈਣ ਦੇ ਲਈ ਕੇਸ ਫਾਈਲ ਕੀਤਾ ਹੋਇਆ, ਇਨ ਕੇਸ ਕਿ ਕੋਈ ਚਾਈਲਡ ਹੈਗਾ ਆ ਕੰਸਰਨਡ ਪਾਰਟੀ ਦਾ, ਉਸ ਚਾਈਲਡ ਦਾ ਕੀ ਰਾਈਟ ਹੈਗਾ ਆ ਇਸ ਬ੍ਰੇਕੇਬਲ ਮੈਰਿਜ ਦੇ ਵਿੱਚ? ਕਿਉਂਕਿ ਉਹਦੇ ਫਾਦਰ ਦੀ ਤਰਫ ਤੇ ਮਦਰ ਦੀ ਤਰਫ ਬੋਥ ਦੀ ਤਰਫ ਇੱਕ ਇਨਹੈਰੀਟੈਂਸ ਰਾਈਟ ਤੇ ਰਹੇਗਾ ਹੀ ਰਹੇਗਾ। ਬਾਕੀ ਜਿਹੜੀ ਉਹਦੀ ਕੇਅਰ ਤੇ ਮੇਨਟੇਨੈਂਸ ਦੀ ਹੈਗੀ ਉਹ ਉਹਦੀ ਫਾਦਰ ਦੀ ਤਰਫ, ਉਹ ਆਪਣੇ ਫਾਦਰ ਤੋਂ ਮੇਨਟੇਨੈਂਸ ਕਲੇਮ ਕਰ ਸਕਦਾ ਬੱਚਾ। ਜੇ ਕਈ ਵਾਰੀ ਹੁੰਦਾ ਕਿ ਕਸਟਡੀ ਜਿਹੜੀ ਹੈ ਵਾਈਫ ਨੂੰ ਦਿੱਤੀ ਜਾਂਦੀ ਹੈ, ਤੇ ਪਰ ਸਟਿਲ ਡਿਸਪਾਈਟ ਦੀ ਫੈਕਟ ਕਿ ਵੀ ਉਹਦੀ ਕਸਟਡੀ ਬੱਚੇ ਦੀ ਜਿਹੜੀ ਮਦਰ ਕੋਲ ਹੈਗੀ ਉਹ ਫਾਦਰ ਤੋਂ ਮੇਨਟੇਨੈਂਸ ਕਲੇਮ ਕਰ ਸਕਦਾ ਹੈ। ਸਾਰੇ ਐਕਸਪੈਂਡੀਚਰ ਹੁੰਦੇ, ਸਟੱਡੀ ਦੇ ਐਕਸਪੈਂਡੀਚਰ, ਲਾਈਫ ਦੇ ਜਿਹੜੇ ਬੇਸਿਕ ਐਕਸਪੈਂਡੀਚਰ, ਮੈਰਿਜ ਐਕਸਪੈਂਡੀਚਰ, ਸਾਰੇ ਉਹ ਆਪਣੇ ਫਾਦਰ ਤੋਂ ਕਲੇਮ ਕਰ ਸਕਦਾ ਟਾਈਮ ਟੂ ਟਾਈਮ। ਜੀ, ਇਹ ਕਿੰਨੀ ਏਜ ਤੱਕ ਦੀ ਸਰ ਮਿਲ ਸਕਦੀ ਹੈ ਜਿਹੜੀ ਮੈਂਟੇਨੈਂਸ ਹੈ ਬੱਚੇ ਦੀ? ਉਹਦੀ ਇੱਕ ਹੀ ਐਲੀਜੀਬਿਲਿਟੀ ਹੈਗੀ ਸੀ, ਜਦ ਤੱਕ ਉਹ ਆਪਣੇ ਆਪ ਨੂੰ ਮੇਨਟੇਨ ਕਰਨ ਲਾਇਕ ਨਹੀਂ ਹੋ ਗਿਆ। ਕੁੜੀ ਦੇ ਲਈ ਇਹ ਹੈਗਾ ਕਿ ਜਦ ਤੱਕ ਉਹਦੀ ਮੈਰਿਜ ਨਹੀਂ ਹੋ ਜਾਂਦੀ ਤੇ ਜਦ ਤੱਕ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦੇ, ਉਹਦੀ ਐਲੀਜੀਬਿਲਿਟੀ ਇਹੀ ਹੈਗੀ। ਜੀ, ਇਹਦੇ ਵਿੱਚ ਉਹਦੇ ਕੋਲ ਆਪਣੇ ਰਿਸੋਰਸਿਸ ਨਹੀਂ ਹੈਗੇ ਆਪਣੇ ਆਪ ਨੂੰ ਮੇਨਟੇਨ ਕਰਨ ਲਈ, ਤੇ ਉਹ ਫਾਦਰ ਤੋਂ ਮੇਨਟੇਨੈਂਸ ਕਲੇਮ ਕਰ ਸਕਦੇ ਨੇ। ਜੀ ਸਰ, ਆਪਾਂ ਜਿਵੇਂ ਕਿ ਜਾਣਦੇ ਕਿ ਜ਼ਿਆਦਾਤਰ ਮਸਲੇ ਜਿਹੜੇ ਨੇ ਉਹਨਾਂ ਪ੍ਰਾਪਰਟੀ ਦੇ ਹੀ ਸਾਹਮਣੇ ਆਉਂਦੇ ਨੇ, ਸੋ ਇੱਕ ਵਾਰ ਫਿਰ ਆਪਾਂ ਪ੍ਰਾਪਰਟੀ ਤੇ ਵਾਪਸ ਆਉਂਦੇ ਹਾਂ, ਗੱਲ ਕਰਦੇ ਹਾਂ ਗਿਫਟਸ ਦੀ। ਜਦੋਂ ਆਪਾਂ ਕੋਈ ਪ੍ਰਾਪਰਟੀ ਕਿਸੇ ਨੂੰ ਗਿਫਟ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਉਹਦੇ ਜਿਹੜੇ ਟਰਮਸ ਐਂਡ ਕੰਡੀਸ਼ਨਸ ਨੇ ਗਿਫਟ ਕਰਨ ਦੇ, ਉਹ ਕੀ ਹੁੰਦੇ ਨੇ? ਟਰਮਸ ਗਿਫਟ ਲਈ ਫਸਟ ਆਫ ਆਲ ਕੋਈ ਟਰਮਸ ਨਹੀਂ ਹੋਣੇ ਚਾਹੀਦੇ ਜੀ। ਜੇ ਕੋਈ ਟਰਮ ਉਹਦੇ ਵਿੱਚ ਇੰਕਲੂਡ ਕੀਤਾ ਜਾਂਦਾ ਤੇ ਬਲਕਿ ਉਹ ਇੱਕ ਕੰਡੀਸ਼ਨਲ ਗਿਫਟ ਮੰਨਿਆ ਜਾਂਦਾ। ਜਿੱਦਾਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਜੇ ਕੋਈ ਆਪਣਾ ਫਾਦਰ ਆਪਣੇ ਬੱਚੇ ਨੂੰ ਕੋਈ ਗਿਫਟ ਦਿੰਦਾ ਤੇ ਉਹਦੇ ਵਿੱਚ ਕੰਡੀਸ਼ਨ ਪਾ ਦਿੰਦਾ ਕਿ ਵੀ ਇਹ ਪ੍ਰੋਪਰਟੀ ਮੈਂ ਇਹਨੂੰ ਇਸ ਕਰਕੇ ਗਿਫਟ ਕਰ ਰਿਹਾ, ਟ੍ਰਾਂਸਫਰ ਕਰ ਰਿਹਾ ਕਿ ਇਹ ਮੇਰੀ ਟੇਕ ਕੇਅਰ ਕਰੇਗਾ ਜਾਂ ਮੈਨੂੰ ਮੇਨਟੇਨੈਂਸ ਦੇਗਾ, ਤੇ ਉਹ ਬੱਚਾ ਉਹਨੂੰ ਫੇਲ ਕਰਦਾ, ਉਹ ਮੇਨਟੇਨੈਂਸ ਨਹੀਂ ਦੇ ਪਾਉਂਦਾ ਜਾਂ ਫਾਦਰ ਮਦਰ ਦੀ ਟੇਕ ਕੇਅਰ ਨਹੀਂ ਕਰ ਪਾਉਂਦਾ, ਤੇ ਉਹ ਕੰਡੀਸ਼ਨਲ ਗਿਫਟ ਨੂੰ ਰਿਵੋਕ ਕੀਤਾ ਜਾ ਸਕਦਾ ਤੇ ਅਵੋਇਡ ਕਰਵਾਇਆ ਜਾ ਸਕਦਾ ਤੇ ਕਲੇਮ ਬੈਕ ਕੀਤੀ ਜਾ ਸਕਦੀ ਪ੍ਰੋਪਰਟੀ। ਅਦਰਵਾਈਜ਼ ਜਿਹੜਾ ਨਾਰਮਲ ਗਿਫਟ ਹੈ, ਜਨਰਲ ਗਿਫਟ ਹੈ, ਉਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੁੰਦੀ ਜੀ, ਬਿਲਕੁਲ ਅਨਕੰਡੀਸ਼ਨਲ ਗਿਫਟ ਹੁੰਦਾ ਉਹ। ਜੀ ਜੀ ਜੀ, ਸਮਟਾਈਮਸ ਇਹ ਹੁੰਦਾ ਕਿ ਸਰ ਮੰਨ ਲਓ ਕਿ ਕੋਈ ਗ੍ਰੈਂਡ ਪੇਰੈਂਟ ਜਿਹੜਾ ਹੈ ਆਪਣੇ ਗ੍ਰੈਂਡ ਚਿਲਡਰਨ ਨੂੰ ਕੋਈ ਪ੍ਰੋਪਰਟੀ ਗਿਫਟ ਕਰਨਾ ਚਾਹੁੰਦਾ ਹੈ, ਬੱਚਾ ਮਾਈਨਰ ਹੈਗਾ, ਉਸ ਕੇਸ ਦੇ ਵਿੱਚ ਜਿਹੜੀ ਵੈਲੀਡੇਸ਼ਨ ਹੈ ਗਿਫਟ ਦੀ ਉਹ ਕਿੰਨੀ ਕੁ ਹੈ? ਬਿਲਕੁਲ ਵੈਲੀਡੇਸ਼ਨ ਹੈ ਜੀ, ਉਹਦੇ ਵਿੱਚ ਜਿਹੜਾ ਬੱਚਾ ਹੈ ਉਹਦੇ ਗਾਰਡੀਅਨ ਦੀ ਐਕਸੈਪਟੈਂਸ ਜ਼ਰੂਰੀ ਹੈ, ਕਿਉਂਕਿ ਬੱਚਾ ਤੇ ਉਸ ਟਾਈਮ ਤੇ ਕੰਸੈਂਟ ਨਹੀਂ ਦੇ ਸਕਦਾ। ਸਾਡੇ ਕੋਲ ਕਈ ਕੇਸਿਸ ਹੈਗੇ ਜਿਹਦੇ ਵਿੱਚ 1 ਸਾਲ 2 ਸਾਲ ਬੱਚੇ ਨੂੰ ਗ੍ਰੈਂਡ ਪੇਰੈਂਟਸ ਨੇ ਗਿਫਟ ਕੀਤੀ ਹੋਈ ਹੈ ਪ੍ਰੋਪਰਟੀ, ਉਹਦੀ ਥਾਂ ਤੇ ਫਿਰ ਬੱਚੇ ਦੀ ਥਾਂ ਤੇ ਉਹਦੇ ਪੇਰੈਂਟਸ ਨੂੰ ਐਜ਼ ਐਨ ਐਕਸੈਪਟਰ ਜਿਹੜਾ ਗਿਫਟ ਐਕਸੈਪਟ ਕਰ ਰਿਹਾ, ਉਹਨਾਂ ਨੂੰ ਅਪੀਅਰ ਹੋਣਾ ਪੈਂਦਾ ਸਬ ਰਜਿਸਟਰਾਰ ਦੇ ਆਫਿਸ ਵਿੱਚ ਤੇ ਐਕਸੈਪਟ ਕਰਨਾ ਪੈਂਦਾ ਕਿ ਹਾਂਜੀ ਅਸੀਂ ਲੈ ਰਹੇ ਹਾਂ ਤੇ ਰਜਿਸਟਰੀ ਕਰਾਉਣੀ ਪੈਂਦੀ ਹੈ। ਜੀ, ਔਰ ਰਜਿਸਟਰੀ ਜਿਹੜੀ ਹੈ ਹਰ ਪ੍ਰੋਪਰਟੀ ਦੀ ਜ਼ਰੂਰੀ, ਇਹ ਤਾਂ ਆਪਾਂ ਜਾਣਦੇ ਹਾਂ, ਬਟ ਐਕਚੁਅਲ ਦੇ ਵਿੱਚ ਜਦੋਂ ਪ੍ਰੋਪਰਟੀ ਸੇਲ ਕਰਨੀ ਹੁੰਦੀ ਹੈ
ਕਿਸ ਦਾ ਜਿਹੜਾ ਹੱਕ ਹੈ ਉਹ ਜ਼ਿਆਦਾ ਹਾਵੀ ਹੁੰਦਾ ਹੈ, ਬਿਕਾਜ਼ ਕੀ ਪੇਰੈਂਟਸ ਨੂੰ ਪ੍ਰੋਪਰਟੀ ਜਿਹੜੀ ਹੈ ਐਜ਼ ਅ ਗਾਰਡੀਅਨ ਜਿਹੜੀ ਉਹਨਾਂ ਨੇ ਰੱਖੀ ਹੈ ਉਹ ਆਪਣੀ ਓਨਰਸ਼ਿਪ ਤਾਂ ਓਬਵੀਅਸਲੀ ਕਿ ਉਹ ਬੱਚੇ ਦੇ ਕੋਲ ਆ, ਉਹ ਕਿਵੇਂ ਉਹਨਾਂ ਦੇ ਕੋਲ ਜਾਵੇਗੀ, ਇਹ ਕਿਵੇਂ ਸਿੱਧ ਕੀਤਾ ਜਾਏ? ਨਹੀਂ ਨਹੀਂ, ਜੇ ਜੇ ਇੱਕ ਬੱਚੇ ਨੂੰ ਗਿਫਟ ਕੀਤੀ ਗਈ ਹੈ ਕੋਈ ਪ੍ਰੋਪਰਟੀ ਤੇ ਬੱਚੇ ਦੀ ਥਾਂ ਤੇ ਗਾਰਡੀਅਨ ਨੇ ਐਕਸੈਪਟ ਕੀਤੀ ਹੈ ਤੇ ਹੁਣ ਕਾਫੀ ਸਾਲਾਂ ਬਾਅਦ ਬੱਚਾ ਜਦ ਮੇਜਰ ਹੋ ਗਿਆ ਹੈ ਤੇ ਪੇਰ ਜਿਹੜਾ ਗਾਰਡੀਅਨ ਹੈ ਉਹਦੀ ਰਾਈਟ ਖਤਮ ਹੋ ਜਾਂਦੀ ਤੇ ਮੇਜਰ ਦੀ ਜਿਹੜਾ ਬੱਚਾ ਮੇਜਰ ਹੋ ਗਿਆ ਹੈ ਅਡਲਟ ਹੋ ਗਿਆ ਹੈ ਉਹਦੀ ਹੀ ਕੰਸੈਂਟ ਚੱਲੇਗੀ ਤੇ ਉਹੀ ਐਕਸੈਪਟ ਜਾਂ ਡਿਨਾਈ ਕਰੇਗਾ ਅੱਗੇ ਜਾ ਕੇ। ਐਕਸੈਪਟ ਤੇ ਗਿਫਟ ਹੋ ਚੁੱਕਿਆ ਹੋਏਗਾ, ਜੇ ਉਹਨੂੰ ਫਰਦਰ ਸੇਲ ਕਰਨੀ ਹੋਏਗੀ ਜਾਂ ਟ੍ਰਾਂਸਫਰ ਕਰਨੀ ਹੋਏਗੀ ਉਹ ਤੇ ਵਿਲ ਦੇ ਅਕੋਰਡਿੰਗਲੀ ਜੇ ਵਿਲ ਪ੍ਰੂਵ ਹੋ ਗਈ ਹੈ ਤੇ ਉਹਦੇ ਅਕੋਰਡਿੰਗਲੀ ਹੀ ਡਿਵਾਈਡ ਕੀਤੇ ਜਾਣਗੇ। ਪਰ ਜੇ ਕੋਈ ਐਸੈਟ ਏਦਾਂ ਦਾ ਹੈ, ਬੈਂਕ ਅਕਾਊਂਟ ਏਦਾਂ ਦਾ ਹੈ ਜਾਂ ਕੋਈ ਪ੍ਰੋਪਰਟੀ ਏਦਾਂ ਦੀ ਹੈ ਜਿਹੜੀ ਵਿਲ ਵਿੱਚ ਇੰਕਲੂਡ ਹੀ ਨਹੀਂ ਕੀਤੀ ਗਈ ਤੇ ਉਹਦੀ ਜਿਹੜੀ ਸ਼ੇਅਰ ਹੋਲਡਿੰਗਸ ਹੈਗੀ ਇਕੁਅਲ ਸ਼ੇਅਰ ਹੋਲਡਿੰਗਸ ਬਣ ਜਾਣਗੀਆਂ। ਜੇ ਕੋਈ ਕਿਸੇ ਦੇ 10 ਲੀਗਲ ਏਅਰ ਰਹਿ ਗਏ ਜਾਂ 5 ਲੀਗਲ ਏਅਰ ਰਹਿ ਗਏ ਵਾਈਫ ਤੇ ਬੱਚਿਆਂ ਨੂੰ ਮਿਲਾ ਕੇ ਜਾਂ ਸਿਰਫ ਬੱਚਿਆਂ ਨੂੰ ਮਿਲਾ ਕੇ ਇਕੁਅਲ ਸ਼ੇਅਰ ਹੋਲਡਿੰਗਸ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਜਾਏਗਾ ਤੇ ਵਿਲ ਵਾਲੀ ਨੂੰ ਜਿਹੜੀ ਵਿਲ ਦੀ ਟਰਮਸ ਹੈਗੀ ਉਹਦੇ ਅਕੋਰਡਿੰਗਲੀ ਡਿਵਾਈਡ ਕੀਤਾ ਜਾਏਗਾ। ਜੀ 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 ਸਰ, ਆਪਾਂ ਫੇਕ ਵਿਲ ਬਾਰੇ ਵੈਸੇ ਤਾਂ ਆਲਰੇਡੀ ਗੱਲ ਕਰ ਵੀ ਚੁੱਕੇ ਹਾਂ, ਬਟ ਫੇਕ ਵਿਲ ਦਾ ਟ੍ਰੈਂਡ ਜਿਹੜਾ ਉਹ ਇੰਨਾ ਕੁ ਜ਼ਿਆਦਾ ਹੈ ਕਿ ਐਕਚੁਅਲ ਦੇ ਵਿੱਚ ਇਹਦੀ ਵੈਲੀਡੇਸ਼ਨ ਔਰ ਨਾ ਵੈਲੀਡੇਸ਼ਨ ਦਾ ਪਤਾ ਜਿਹੜਾ ਹੈ ਉਹ ਬਹੁਤ ਲੇਟ ਲੱਗਦਾ। ਸੋ ਇਨ ਕੇਸ ਕਿ ਕਿਸੇ ਇਨਸਾਨ ਨੂੰ ਬਹੁਤ ਸਾਲਾਂ ਬਾਅਦ ਪਤਾ ਲੱਗਿਆ ਕਿ ਜਿਹੜੀ ਵਿਲ ਦੇ ਅਕੋਰਡਿੰਗ ਡਿਸਟ੍ਰੀਬਿਊਸ਼ਨ ਹੋਈ ਸੀ ਪ੍ਰੋਪਰਟੀ ਦੀ ਉਹ ਐਕਚੁਅਲ ਦੇ ਵਿੱਚ ਵਿਲ ਜਿਹੜੀ ਆ ਉਹ ਫੇਕ ਆ, ਉਸ ਤੋਂ ਬਾਅਦ ਇਸ ਨੂੰ ਕਿਵੇਂ ਡਿਸਪੋਜ਼ ਆਫ ਕੀਤਾ ਜਾਵੇ? ਜੇ ਇਹਦੇ ਲਈ ਕੋਈ ਸਬਸਟੈਂਸ਼ੀਵ ਐਵੀਡੈਂਸ ਹੈਗਾ ਜੀ ਕਿ ਅਸੀਂ ਕਹਿ ਸਕਦੇ ਹਾਂ ਕਿ ਵੀ ਵਿਲ ਜਿਹੜੀ ਸੀਗੀ ਫਰੋਡੁਲੈਂਟ ਸੀਗੀ ਜਾਂ ਫੋਰਜਡ ਸੀਗੀ, ਤੇ ਇੱਕ ਤੇ ਬੜਾ ਕਲੈਰਿਟੀ ਨਾਲ ਮੈਂ ਕਹਿਣਾ ਚਾਹਾਂਗਾ ਬਹੁਤ ਹੀ ਸੀਰੀਅਸ ਅਫੈਂਸ ਹੈ, ਮੋਰ ਦੈਨ 10 ਈਅਰ 10 ਸਾਲ ਤੋਂ ਉੱਤੇ ਦੀ ਉਹਦੀ ਸਜ਼ਾ ਹੈਗੀ ਜੀ IPC ਦੇ ਅੰਡਰ ਜੇ ਕੋਈ ਵਿਲ ਬਣਾਉਂਦਾ ਹੈ ਇੱਦਾਂ ਝੂਠੀ ਕਿਸੇ ਦੇ ਖਿਲਾਫ਼, ਤੇ ਉਹ ਐਬਸੋਲੂਟਲੀ ਜਿਹੜੇ ਵੀ ਵਿਲ ਦੇ ਅਕੋਰਡਿੰਗਲੀ ਜੋ ਵੀ ਡਿਵੀਜ਼ਨਸ ਹੋਏ ਨੇ ਜਾਂ ਟ੍ਰਾਂਸਫਰ ਹੋਏ ਨੇ ਪ੍ਰੋਪਰਟੀ ਦੇ ਸਾਰੇ ਨਲ ਐਂਡ ਵੋਇਡ ਡਿਕਲੇਅਰ ਕਰ ਦਿੱਤੇ ਜਾਣਗੇ ਕੋਰਟ ਤੋਂ। ਜਿਹੜੇ ਇੰਟਰਸਟੇਟ ਜਦ ਵਿਲ ਦੀ ਐਬਸੈਂਸ ਵਿੱਚ ਜਿੱਦਾਂ ਡਿਵੀਜ਼ਨ ਹੋਣੀ ਚਾਹੀਦੀ ਹੈ ਉਦਾਂ ਕੀਤੀ ਜਾਏਗੀ, ਤੇ ਜਿਹੜੇ ਬੰਦੇ ਨੇ ਵਿਲ ਨੂੰ ਐਦਾਂ ਫਰੋਡੁਲੈਂਟਲੀ ਬਣਾਇਆ ਹੈ, ਝੂਠੀ ਵਿਲ ਫੇਕ ਵਿਲ ਬਣਾਈ ਹੈ, ਉਹਨੂੰ ਦੇ ਖਿਲਾਫ ਤੇ ਬਹੁਤ ਸੀਰੀਅਸ ਐਕਸ਼ਨ ਤੇ 10 ਸਾਲ ਦੀ ਅਫੈਂਸ ਹੈਗਾ ਜੀ, ਸਜ਼ਾ ਹੈਗੀ ਉਹਦੀ, ਬਹੁਤ ਸੀਰੀਅਸ ਅਫੈਂਸ ਹੈਗਾ ਜੀ। ਔਰ ਇਸੇ ਹੀ ਤਰ੍ਹਾਂ ਸਮਟਾਈਮਸ ਐਂ ਵੀ ਹੁੰਦਾ ਕਿ ਵਿਲ ਜੇ ਕਹਿ ਦਿੱਤਾ ਜਾਵੇ ਕਿ ਵਿਲ ਦੇ ਅਕੋਰਡਿੰਗ ਜਿਹੜਾ ਪ੍ਰੋਪਰਟੀ ਹੈ ਉਹ ਡਿਸਪਿਊਟ ਜਿਹੜਾ ਆ ਸੋਲਵ ਹੋ ਗਿਆ, ਬਟ ਫਿਰ ਵੀ ਕਈ ਵਾਰੀ ਇਹ ਹੁੰਦਾ ਕਿ ਜਦੋਂ ਵਿਲ ਤੋਂ ਬਾਅਦ ਆਪਾਂ ਜਦੋਂ ਪਤਾ ਲੱਗਣ ਤੋਂ ਬਾਅਦ ਪ੍ਰੋਪਰਟੀ ਨੂੰ ਦੁਬਾਰਾ ਡਿਸਪਿਊਟ ਕਰਨਾ ਤੇ ਉਹ ਜਿਹੜੀ ਪ੍ਰੋਪਰਟੀ ਹੈ ਕਿਸ ਬਿਹਾਫ ਤੇ ਜਿਹੜੀ ਆ ਉਹ ਵੰਡੀ ਜਾਏਗੀ, ਖਾਸ ਤੌਰ ਤੇ ਜੇ ਇੱਕ ਬੰਦਾ ਜਿਹੜਾ ਆ ਉਸ ਤਰੀਕੇ ਦੇ ਨਾਲ ਐਗਰੀ ਨਹੀਂ ਹੈਗਾ, ਕਿ ਇਹ ਫਿਰ ਕੋਰਟ ਜਾ ਕੇ ਮਸਲਾ ਸੋਲਵ ਹੁੰਦਾ ਹੈ? ਬਿਲਕੁਲ, ਕੋਰਟ ਜਾ ਕੇ ਹੀ ਸੋਲਵ ਹੋਏਗਾ ਜੀ। ਜੇ ਇੱਕ ਬੰਦਾ ਕਹਿ ਰਿਹਾ ਕਿ ਵਿਲ ਹੈਗੀ ਤੇ ਦੋ ਬੰਦੇ ਕਹਿ ਰਹੇ ਨੇ ਕਿ ਵਿਲ ਨਹੀਂ ਹੈਗੀ, ਤਾਂ ਵੀ ਉਹਨਾਂ ਨੂੰ ਕੋਰਟ ਹੀ ਜਾਣਾ ਪਏਗਾ ਉਹਨਾਂ ਨੂੰ ਸੋਲਵ ਕਰਨ ਲਈ, ਤੇ ਦੇਖਣਾ ਪਏਗਾ ਕਿ ਜਿਹੜੇ ਜਿਸ ਬੰਦੇ ਦੀ ਡੈਥ ਹੋਈ ਹੈ, ਜਿਹੜੇ ਫਾਦਰ ਜਾਂ ਮਦਰ ਦੀ ਡੈਥ ਹੋਈ ਹੈ, ਉਹਨਾਂ ਦੀ ਵਿਲ ਪ੍ਰੂਵ ਕੀਤੀ ਜਾ ਸਕਦੀ ਹੈ, ਉਹ ਐਵੀਡੈਂਟਲੀ ਵੈਲਿਡ ਵਿਲ ਹੈਗੀ ਜਾਂ ਨਹੀਂ ਹੈਗੀ। ਜੇ ਉਹ ਵੈਲਿਡ ਪ੍ਰੂਵ ਹੁੰਦੀ ਹੈ, ਜਿਹੜਾ ਕਿ ਇੱਕ ਨੋਰਮਲ ਲੌਂਗ ਪ੍ਰੋਸੈਸ ਹੈਗਾ, ਅਗਰ ਉਹ ਪ੍ਰੂਵ ਹੁੰਦੀ ਹੈ ਤਾਂ ਹੀ ਉਹਦੇ ਅਕੋਰਡਿੰਗਲੀ ਡਿਵੀਜ਼ਨ ਹੋਏਗੀ, ਨਹੀਂ ਤੇ ਇੰਟਰਸਟੇਟ ਮੰਨਿਆ ਜਾਏਗਾ ਡੈਥ ਨੂੰ ਤੇ ਉਹਦੀ ਪ੍ਰੋਪਰ ਇਕੁਅਲ ਸ਼ੇਅਰ ਹੋਲਡਿੰਗ ਡਿਵੀਜ਼ਨ ਹੋਏਗੀ। ਜੀ ਅਸਰ, ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਸਿਬਲਿੰਗਸ ਦੇ ਵਿੱਚ ਸ਼ੇਅਰ ਹੈ ਉਹ ਇਕੁਅਲ ਡਿਸਟ੍ਰੀਬਿਊਟ ਹੁੰਦਾ ਹੈ, ਮੰਨ ਲਓ ਕਿ ਜਿਹੜਾ ਕੇਸ ਜਿਹੜਾ ਆਪਣਾ ਵਿਲ ਦਾ ਚੱਲਦਾ ਪਿਆ ਡਿਸਟ੍ਰੀਬਿਊਸ਼ਨ ਆਫ ਪ੍ਰੋਪਰਟੀ ਦਾ, ਔਰ ਉਹਦੇ ਵਿੱਚੋਂ ਇੱਕ ਜਿਹੜਾ ਸਿਬਲਿੰਗ ਆ, ਮੇਨ ਜਿਹੜੇ 4 ਭਰਾ ਨੇ, ਇੱਕ ਬ੍ਰਦਰ ਦੀ ਡੈਥ ਹੋ ਗਈ, ਉਹਦੀ ਜਿਹੜੀ ਪ੍ਰੋਪਰਟੀ ਹੈ ਉਹਦਾ ਜਿਹੜਾ ਸ਼ੇਅਰ ਹੈ ਉਹ ਕਿਸ ਤਰ੍ਹਾਂ ਨਾਲ ਡਿਸਟ੍ਰੀਬਿਊਟ ਹੁੰਦਾ ਹੈ? ਜਿੱਦਾਂ ਕਿ ਤੁਸੀਂ ਐਗਜ਼ਾਮਪਲ ਦਿੱਤਾ ਕਿ ਇੱਕ ਬ੍ਰਦਰ ਦੀ ਡੈਥ ਹੋ ਗਈ, ਤੇ ਜੇ ਫਸਟ ਆਫ ਆਲ ਉਹਦੇ ਦੇਖੇ ਜਾਣਗੇ ਫਸਟ ਕਲਾਸ ਲੀਗਲ ਏਅਰਸ ਕੌਣ ਹੈਗੇ, ਉਹ ਮੰਨੇ ਜਾਂਦੇ ਨੇ ਜਿਹੜੇ ਜੀ ਕਿ ਉਹਦੀ ਡਾਇਰੈਕਟ ਵਾਈਫ ਹੈਗੀ ਜਾਂ ਉਹਦੇ ਬੱਚੇ ਹੈਗੇ। ਜੇ ਉਹਨਾਂ ਦੇ ਵਾਈਫ ਜਾਂ ਬੱਚੇ ਛੱਡ ਕੇ ਗਏ ਨੇ ਜਾਂ ਸਿਰਫ ਬੱਚੇ ਛੱਡ ਕੇ ਗਏ ਨੇ ਜਾਂ ਸਿਰਫ ਵਾਈਫ ਛੱਡ ਕੇ ਗਏ ਨੇ, ਤੇ ਉਹ ਆਟੋਮੈਟਿਕਲੀ ਇਕੁਅਲ ਸ਼ੇਅਰ ਹੋਲਡਰਸ ਬਣ ਜਾਣਗੇ ਉਸ ਪ੍ਰੋਪਰਟੀ ਦੇ। ਜੇ ਕਈ ਵਾਰੀ ਕਿਸੇ ਦਾ 4 ਭਰਾ ਹੈਗੇ ਤੇ 1/4 ਸ਼ੇਅਰ ਹੈਗਾ, ਤੇ ਜੇ ਉਹਦੇ 4 ਇੱਕ ਬ੍ਰਦਰ ਦੀ ਡੈਥ ਹੋ ਗਈ ਤੇ ਉਹਦੇ 2 ਬੱਚੇ ਹੈਗੇ, ਤੇ 1/8 ਸ਼ੇਅਰ ਡਿਵੀਜ਼ਨ ਵਿੱਚ ਆ ਜਾਏਗਾ ਉਹਨਾਂ ਦਾ, ਦੋਨਾਂ ਦਾ ਇਕੁਅਲ ਵਿੱਚ। ਪਰ ਜੇ ਉਹਨਾਂ ਦੇ ਕੋਈ ਬੱਚੇ ਵੀ ਨਹੀਂ ਹੈਗੇ ਤੇ ਕੋਈ ਵਾਈਫ ਵੀ ਨਹੀਂ ਹੈਗੀ, ਤੇ ਉਹ ਵਾਪਸ ਭਰਾਵਾਂ ਵਿੱਚ ਹੀ ਐਕਸਟਰਾ ਸ਼ੇਅਰ ਆ ਜਾਏਗਾ, ਉਹਨਾਂ ਵਿੱਚ ਹੀ ਡਿਵਾਈਡ ਹੋ ਜਾਏਗਾ ਜਿਹੜੇ ਕਿ ਸੈਕੰਡ ਕਲਾਸ ਲੀਗਲ ਏਅਰ ਮੰਨੇ ਜਾਂਦੇ ਨੇ। ਜੀ ਜੀ, ਔਰ ਜੇਕਰ ਇਕੱਲੀ ਵਾਈਫ ਹੋਵੇ ਤਾਂ ਸਾਰਾ ਸ਼ੇਅਰ ਵਾਈਫ ਦਾ?
ਬਿਲਕੁਲ ਸਾਰਾ ਸ਼ੇਅਰ ਵਾਈਫ ਦਾ ਹੋ ਜਾਏਗਾ ਜੀ 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 ਐਂਡ ਇਸੇ ਤਰ੍ਹਾਂ ਇੱਕ ਮਸਲਾ ਜਿਹੜਾ ਹੋਰ ਬਹੁਤ ਜ਼ਿਆਦਾ ਉਜਾਗਰ ਹੁੰਦਾ ਜਿਹੜਾ ਆਪਾਂ ਜਦੋਂ ਆਪਾਂ ਪਿੰਡਾਂ ਦੀ ਜ਼ਮੀਨ ਦੀ ਗੱਲ ਕਰਦੇ ਹਾਂ ਸ਼ਾਮਲਾਟ ਦਾ ਮਸਲਾ ਸ਼ਾਮਲਾਟ ਦੇ ਮਸਲੇ ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰਾਪਰਟੀ ਜਿਹੜੀ ਹੈ ਬੇਸ਼ੱਕ ਆਪਾਂ ਉਹਦੇ ਤੇ ਕੰਸਟਰਕਸ਼ਨ ਕਰ ਲਈ ਹੈ ਕਈ ਸਾਲਾਂ ਤੋਂ ਉਹਦੇ ਤੇ ਰਹਿ ਵੀ ਰਹੇ ਹਾਂ ਅਸੀਂ ਕਿਤੇ ਨਾ ਕਿਤੇ ਹੀਲਾ ਵਸੀਲਾ ਕਰਕੇ ਕੋਈ ਜਿਹੜੀ ਉਹਦੀ ਫਰਦ ਹੈ ਉਹ ਕਢਾ ਵੀ ਲਈ ਆ ਬਟ ਕੀ ਇਹਦਾ ਸਕੋਪ ਹੈ ਕਿ ਉਹ ਪ੍ਰਾਪਰਟੀ ਗਾਂ ਸਾਡੇ ਨਾਂ ਤੇ ਰਜਿਸਟਰ ਹੋ ਸਕੇ ਦੇਖੋ ਜੀ ਕਈ ਤੇ ਬਿਲਕੁਲ ਅਨਆਥੋਰਾਈਜ਼ਡ ਕੰਸਟਰਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਰਜਿਸਟਰ ਕਰਾਉਣਾ ਆਪਣੇ ਨਾਂ ਤੇ ਪੋਸੀਬਲ ਨਹੀਂ ਹੈਗਾ ਜਿੱਦਾਂ ਕਿ ਐਗਰੀਕਲਚਰ ਲੈਂਡ ਤੇ ਕੰਸਟਰਕਸ਼ਨ ਅਲਾਊਡ ਨਹੀਂ ਹੈਗੀ ਪਰ ਜੇ ਕੋਈ ਗਵਰਨਮੈਂਟ ਨੇ ਗਾਈਡਲਾਈਨਸ ਦੇ ਕੇ ਅਪਰੂਵ ਕਰ ਦਿੱਤੀ ਹੈ ਕਈ ਵਾਰੀ ਏਦਾਂ ਦੀ ਨੋਟੀਫਿਕੇਸ਼ਨ ਆਉਂਦੀਆਂ ਨੇ ਜਿਹਦੇ ਵਿੱਚ ਗਵਰਨਮੈਂਟ ਅਪਰੂਵ ਕਰ ਦਿੰਦੀ ਹੈ ਕਲੋਨੀਜ਼ ਨੂੰ ਅਪਰੂਵ ਕਰ ਦਿੰਦੀ ਹੈ ਉਹਦੇ ਵਿੱਚ ਜੇ ਅਪਰੂਵਲ ਆ ਗਿਆ ਤੇ ਉਹ ਬਿਲਕੁਲ ਪ੍ਰਾਪਰਟੀ ਨੂੰ ਰਜਿਸਟਰ ਕਰਾਇਆ ਜਾ ਸਕਦਾ ਆਪਣੇ ਨਾਂ ਤੇ ਇੱਕ ਨਾਰਮਲ ਜੀ ਫੀ ਪੇ ਕਰਨੀ ਪੈਂਦੀ ਹੈ ਰਜਿਸਟਰੀ ਦੀ ਤੇ ਫ੍ਰੀ ਹੋਣ ਦੀ ਉਹ ਪੇ ਕਰਕੇ ਆਪਣੇ ਨਾਂ ਤੇ ਪ੍ਰਾਪਰਟੀ ਟ੍ਰਾਂਸਫਰ ਕਰਾਈ ਜਾ ਸਕਦੀ ਹੈ ਜੀ ਜੀ ਉਹ ਜਿਹੜੀ ਫੀਸ ਦੀ ਸਰ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਸਰਕਾਰੀ ਰੇਟ ਦੇ ਹਿਸਾਬ ਨਾਲ ਹੁੰਦੀ ਹੈ ਜੋ ਉਸ ਟਾਈਮ ਸਰਕਾਰੀ ਰੇਟ ਚੱਲ ਰਿਹਾ ਹੈ ਜਾਂ ਇਹਦੀ ਕੋਈ ਰਜਿਸਟ੍ਰੇਸ਼ਨ ਫੀਸ ਅਲੱਗ ਤੋਂ ਵੀ ਹੈ ਨਹੀਂ ਨਹੀਂ ਸਰਕਾਰੀ ਰੇਟ ਦੇ ਹਿਸਾਬ ਨਾਲ ਹੁੰਦੀ ਹੈ ਜੋ ਵੀ ਉਸ ਟਾਈਮ ਤੇ ਸਰਕਲ ਰੇਟ ਹੈਗਾ ਉਸ ਅਕੋਰਡਿੰਗਲੀ ਹੁੰਦੀ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਕਰਨ ਸਰ ਸਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਔਰ ਅਸੀਂ ਚਾਹਾਂਗੇ ਕਿ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇ ਐਂਡ ਜੇਕਰ ਮੈਂ ਵਿਊਅਰਸ ਨੂੰ ਇੱਕ ਵਾਰ ਫਿਰ ਕਹਿ ਦੇਣਾ ਚਾਹੁੰਦੀ ਕਿ ਤੁਹਾਡਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਮੁੱਦਾ ਜਿਵੇਂ ਕਿ ਸਰ ਨੇ ਦੱਸਿਆ ਕਿ ਕਾਫੀ ਸਾਰੇ ਲੀਗਲ ਮੈਟਰਸ ਨੇ ਜਿਨ੍ਹਾਂ ਦੇ ਨਾਲ ਆਪਾਂ ਡੀਲ ਕਰਦੇ ਹਾਂ ਬੇਸ਼ੱਕ ਉਹ ਪ੍ਰੋਪਰਟੀ ਦੇ ਨਾਲ ਹੋਵੇ ਚਾਈਲਡ ਅਡਪਸ਼ਨ ਦੇ ਨਾਲ ਰਿਲੇਟਡ ਹੋਵੇ ਚਾਈਲਡ ਅਡਪਸ਼ਨ ਦੇ ਨਾਲ ਰਿਲੇਟਡ ਹੋਵੇ ਡਾਈਵੋਰਸ ਦੇ ਨਾਲ ਰਿਲੇਟਡ ਹੋਵੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੋਵੇ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਐਂਡ ਅੱਜ ਦੇ ਲਈ ਇੰਨਾ ਹੀ ਸਰ ਅਗਲੇ ਮੰਗਲਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੋਅ ਦਾ ਹਿੱਸਾ ਬਣਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ